ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ। ਇਸ ਮੰਚ ਦੇ ਉੱਤੇ ਰੋਜ਼ਾਨਾ ਆਉਂਦੇ ਹਾਂ ਔਰ ਉਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਆਉਂਦੇ ਜੋ ਕਿ ਇੰਟਰਨੈਸ਼ਨਲ ਪੱਧਰ 'ਤੇ ਆਵਾਜ਼ ਬਣੇ ਹੋਏ ਹਨ ਔਰ ਜਦ ਮਸਲੇ ਬਣਦੇ ਹਨ ਤਾਂ ਇਸ ਮੰਚ ਦੇ ਉੱਤੇ ਉਹਨਾਂ ਦੀ ਗੱਲ ਵੀ ਹੁੰਦੀ ਹੈ, ਵਿਚਾਰ ਵੀ ਰੱਖੇ ਜਾਂਦੇ ਹਨ, ਤਰਕ ਪ੍ਰਤੀਕਰਮ ਅਤੇ ਜਿਹੜੇ ਸਿਆਸਤਦਾਨਾਂ ਵੱਲੋਂ ਤੰਜ ਵੀ ਕੱਸੇ ਜਾਂਦੇ ਹਨ ਉਹਨਾਂ ਸਾਰਿਆਂ ਦੇ ਉੱਤੇ ਵਿਚਾਰ ਕੀਤਾ ਜਾਂਦਾ ਔਰ ਸੋਚਿਆ ਜਾਂਦਾ ਕਿ ਆਖਿਰਕਾਰ ਹੋ ਕੀ ਸਕਦਾ। ਜੇਕਰ ਮੈਂ ਗੱਲ ਪੰਜਾਬੀਆਂ ਦੀ ਕਰਾਂ, ਜੇਕਰ ਮੈਂ ਗੱਲ ਆਲ ਓਵਰ ਵਰਲਡ ਦੇ ਵਿੱਚ ਵਸਦੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਦੀ ਕਰਾਂ ਤਾਂ ਇੱਕ ਹੀ ਮੁੱਦਾ ਅੱਜ ਸਾਰਿਆਂ ਦੇ ਜ਼ਿਹਨ ਦੇ ਵਿੱਚ ਹੈ, ਉਹ ਹੈਗਾ ਕਿਸਾਨ ਅਤੇ ਕਿਸਾਨੀ। ਕੀ ਬਣੂਗਾ ਕਿਸਾਨ ਦਾ, ਕਿਵੇਂ ਕਰੂਗਾ ਉਹ ਕਿਸਾਨੀ। ਜ਼ਿਕਰਯੋਗ ਹੈ ਕਿ ਇਸ ਮੁੱਦੇ ਨੇ ਇੱਕ ਡਿਬੇਟ ਜ਼ਰੂਰ ਛੇੜੀ ਹੈਗੀ ਹੈ ਔਰ ਇਸ ਡਿਬੇਟ ਦੇ ਵਿੱਚ ਸਮਝਣਾ ਸਾਨੂੰ ਇਹ ਹੋਵੇਗਾ ਕਿ ਆਖਿਰਕਾਰ ਕਿਸਾਨ ਦਾ ਬਣੂਗਾ ਕੀ। ਕੀ ਇਹ ਵਾਕਈ ਕਿਸਾਨ ਮਾਰੂ ਨੀਤੀਆਂ ਦੇ ਤਹਿਤ ਕੇਂਦਰ ਸਰਕਾਰ ਵੱਲੋਂ ਇਹਨੂੰ ਬਿੱਲ ਨੂੰ ਪਾਸ ਕੀਤਾ ਗਿਆ ਔਰ ਅੱਜ ਵਿਰੋਧੀ ਧਿਰ ਕਹਿ ਰਿਹਾ ਕਿ ਜੀ ਅਸੀਂ ਇਸ ਬਿੱਲ ਨੂੰ ਨਹੀਂ ਮੰਨਦੇ, ਭਾਵੇਂ ਉਹ ਕਾਂਗਰਸ ਹੋਵੇ, ਭਾਵੇਂ ਉਹ ਆਮ ਆਦਮੀ ਪਾਰਟੀ ਹੋਵੇ, ਭਾਵੇਂ ਉਹ ਹੋਵੇ ਸ਼੍ਰੋਮਣੀ ਅਕਾਲੀ ਦਲ। ਕੀ ਵਾਕਈ ਇਸ ਬਿੱਲ ਨੂੰ ਲੈ ਕੇ ਸਿਆਸਤ ਵੀ ਖੇਡੀ ਜਾ ਰਹੀ ਹੈ? ਕਿਉਂਕਿ ਜਦ ਮੈਦਾਨ ਦੇ ਵਿੱਚ ਸਿਆਸਤਦਾਨ ਉਤਰਦੇ ਹਨ ਤਾਂ ਸ਼ਤਰੰਜ ਦੀਆਂ ਚਾਲਾਂ ਜਿਵੇਂ ਅਸੀਂ ਉਸ ਗੇਮ ਦੇ ਵਿੱਚ ਖੇਡਦੇ ਹਾਂ ਕਿ ਹੁਣ ਵਾਕਈ ਜ਼ਮੀਨੀ ਪੱਧਰ 'ਤੇ ਸ਼ਤਰੰਜ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ ਇਹਨਾਂ ਸਿਆਸਤਦਾਨਾਂ ਵੱਲੋਂ, ਜਿਨ੍ਹਾਂ ਦਾ ਕੋਈ ਸਟੈਂਡ ਨਹੀਂ। ਪਹਿਲਾਂ ਉਹ ਮੰਨਦੇ ਹਨ, ਫਿਰ ਉਹ ਯੂ ਟਰਨ ਲੈ ਲੈਂਦੇ ਹਨ। ਆਖਿਰਕਾਰ ਇਸ ਆਰਡੀਨੈਂਸ ਬਿੱਲ 'ਤੇ ਕਿਉਂ ਲਿੱਤਾ ਜਾ ਰਿਹਾ ਯੂ ਟਰਨ? ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਹਨ, ਨੋਟ ਓਨਲੀ ਇਨ ਪੰਜਾਬ ਬਲਕਿ ਮੈਂ ਕਹਾਂਗਾ ਕਿ ਆਲ ਓਵਰ ਇੰਡੀਆ ਦੇ ਵਿੱਚ ਅੱਜ ਕਿਸਾਨ ਆਰਡੀਨੈਂਸ ਬਿੱਲ ਨੂੰ ਲੈ ਕੇ ਬਕਾਇਦਾ ਇਸ ਦੇ ਉੱਤੇ ਕਈ ਸਾਰੀ ਬਹਿਸ ਜਿਹੜੀ ਹੈਗੀ ਹੈ ਉਹ ਹੁਣ ਲਗਾਤਾਰ ਜਾਰੀ ਹੈ। ਮੰਨਣਾ ਇਹ ਹੋਵੇਗਾ ਕਿ ਇਹ ਵਾਕਈ ਕਿਸਾਨ ਮਾਰੂ ਨੀਤੀਆਂ ਦੇ ਤਹਿਤ ਬਿੱਲ ਬਣਾਇਆ ਗਿਆ। ਜੇਕਰ ਬਣਾਇਆ ਗਿਆ ਤਾਂ ਫਿਰ ਕਿਸਾਨ ਇਸ ਬਿੱਲ ਦੇ ਤਹਿਤ ਕਿਵੇਂ ਮਰੂਗਾ? ਜਾਂ ਫਿਰ ਲੰਬੇ ਸਮੇਂ ਤੋਂ ਖੇਤੀ ਕਰਦਾ ਆ ਰਿਹਾ ਕਿਸਾਨ ਅੱਜ ਇਸ ਬਿੱਲ ਦੇ ਹੇਠ ਕਿਵੇਂ ਦੱਬੂਗਾ? ਨਾਲੇ ਇਹ ਵੀ ਜਾਣਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਕਈ ਹੀ ਕਿਸਾਨਾਂ ਨੂੰ ਫਾਇਦਾ ਹੁੰਦਾ, ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਾਂ ਇਸ ਬਿੱਲ ਦੇ ਤਹਿਤ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ। ਪੰਜਾਬ ਦੇ ਵਿੱਚ ਕਿਸਾਨੀ ਦੀ ਅਗਰ ਅਸੀਂ ਗੱਲ ਕਰੀਏ ਤਾਂ ਪੂਰੇ ਦੇਸ਼ ਦਾ, ਪੂਰੇ ਭਾਰਤ ਦਾ ਅੰਨਦਾਤਾ ਕਹਿਲਾਉਣ ਵਾਲਾ ਪੰਜਾਬ ਜੇਕਰ ਇਸ ਆਰਡੀਨੈਂਸ ਦੇ ਥੱਲੇ ਆਉਂਦਾ ਤਾਂ ਕੀ ਪੰਜਾਬ ਦੀ ਰੀੜ੍ਹ ਦੀ ਹੱਡੀ ਜਿਹੜੀ ਹੈਗੀ ਹੈ ਉਹ ਟੁੱਟਦੀ ਹੈ ਕਿ ਨਹੀਂ? ਅੱਜ ਇੱਕ ਸਵਾਲ ਵੱਡਾ ਰਹੂਗਾ। ਮੇਰੇ ਨਾਲ ਤਮਾਮ ਪੈਨਲਿਸਟ ਵੀ ਹੋਣਗੇ, ਉਹਨਾਂ ਨਾਲ ਵੀ ਮੈਂ ਤੁਹਾਨੂੰ ਮੁਖਾਤਿਬ ਕਰਾਊਂਗਾ, ਲੇਕਿਨ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਪੰਜਾਬ ਸੂਬਾ ਸਰਕਾਰ ਦੀ ਜਿਹੜੀ ਆ ਵੱਖ ਵੱਖ ਸੀਨੀਅਰ ਲੀਡਰਸ਼ਿਪ ਹੈ ਉਹ ਕੀ ਕਹਿਣਾ ਚਾਹੁੰਦੀ ਹੈ? ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਕੀ ਕਹਿਣਾ ਚਾਹੁੰਦੇ ਹਨ ਇਸ ਮੁਤੱਲਕ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੀ ਕਹਿਣਾ ਚਾਹੁੰਦੇ ਹਨ? ਆਮ ਆਦਮੀ ਪਾਰਟੀ ਦੇ ਓਪੋਜੀਸ਼ਨ ਲੀਡਰ ਹਰਪਾਲ ਸਿੰਘ ਚੀਮਾ ਇਸ ਮੁਤੱਲਕ ਕੀ ਕਹਿਣਾ ਚਾਹੁੰਦੇ ਹਨ? ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਕੀ ਕਹਿਣਾ ਚਾਹੁੰਦੀਆਂ ਹਨ ਇਸ ਆਰਡੀਨੈਂਸ ਨੂੰ ਲੈ ਕੇ? ਪਹਿਲਾਂ ਉਹਨਾਂ ਨੂੰ ਸੁਣ ਲੈਂਦੇ ਹਾਂ, ਫਿਰ ਉਸ ਤੋਂ ਬਾਅਦ ਸੁਣਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ। ਨਹੀਂ ਦੇਖੋ, ਸੱਤਾ ਦਾ ਅਹੰਕਾਰ ਸਰ, ਅਹੰਕਾਰ ਮਾੜਾ ਹੀ ਮਾੜਾ ਹੈ, ਪਰ ਇੰਨਾ ਅਹੰਕਾਰ ਮੈਂ ਸਮਝਦਾ ਵੀ ਆ ਹਿੰਦੁਸਤਾਨ ਵਾਸਤੇ ਅਤੇ ਖਾਸ ਤੌਰ 'ਤੇ ਕਿਸਾਨਾਂ ਵਾਸਤੇ ਬਹੁਤ ਹੀ ਮਾੜੇ ਜਿਹੜੇ ਸ਼ਗਨ ਹੋ ਰਹੇ ਹੈ। ਅਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨ ਕਿੱਥੇ ਤਾਂ ਕਹਿੰਦੇ ਸੀ ਅੱਛੇ ਦਿਨ, ਆ ਹੁਣ ਫਾਕੇ ਪੈਣਗੇ ਇੱਥੇ ਅਤੇ ਕਿਸਾਨ ਰੁਲੂਗਾ। ਇੱਥੇ ਹਿੰਦੁਸਤਾਨ ਦੇ ਅੰਦਰ ਕਿਸੇ ਨੂੰ ਰਹਿਣ ਦੀ ਕੋਈ ਇਜਾਜ਼ਤ ਮਿਲੂਗੀ ਤਾਂ ਵੱਡੇ ਸਾਹੂਕਾਰਾਂ ਨੂੰ ਹੋਊਗੀ, ਕਿਸਾਨ ਨੂੰ ਰੋਲ ਦੇਣਗੇ, ਗਰੀਬ ਨੂੰ ਰੋਲ ਦੇਣਗੇ। ਦੇਖੋ ਤੁਹਾਡੇ ਸਾਹਮਣੇ ਹੈ ਸਾਡੀ ਛੋਟੀ ਭੈਣ ਬੀਬਾ ਹਰਸਿਮਰਤ ਕੌਰ ਬਾਦਲ ਦੀ, ਮੈਂ ਕੱਲ੍ਹ ਇੰਟਰਵਿਊਜ਼ ਦੇਖੀ ਹੈ ਰਾਜਦੀਪ ਸਰਦਸਾਈ ਨਾਲ। ਰਾਜਦੀਪ ਸਰਦਸਾਈ ਨੇ ਉਹਨਾਂ ਨੂੰ ਪੁੱਛਿਆ ਕਿ ਬੀਬਾ ਜੀ ਅੰਗਰੇਜ਼ੀ ਵਿੱਚ ਕਿ ਤੁਸੀਂ ਦੱਸੋ ਇਹ ਬਿੱਲ ਠੀਕ ਹੈ ਗਲਤ ਹੈ? ਸਾਡੀ ਭੈਣ ਨੇ ਟੀਵੀ 'ਤੇ, ਹਿੰਦੁਸਤਾਨ ਦੇ ਟੀਵੀ 'ਤੇ ਕਿਹਾ ਕਿ ਮੈਂ ਇਹ ਬਿੱਲਾਂ ਦੇ ਹੱਕ ਵਿੱਚ ਹਾਂ, ਪਰ ਸਾਡੇ ਕਿਸਾਨ ਵੀਰ ਇਹਨੂੰ ਅਪੋਜ਼ ਕਰਦੇ ਨੇ। ਯਾਰ ਕਿਹੋ ਜਿਹਾ ਸਟੈਂਡ ਹੈ ਸ਼੍ਰੋਮਣੀ ਅਕਾਲੀ? ਮੋਦੀ ਕੋ ਵੀ ਭਗਾਨੇ ਕੇ ਲੀਏ, ਲੋਕੋਂ ਕੀ ਲਾਮਬੰਦੀ ਕਰਨੇ ਕੇ ਲੀਏ, ਲੋਕ ਕਹੀਂ ਨਿਰਾਸ਼ ਨਾ ਹੋ ਜਾਏ, ਇਸਕੇ ਲੀਏ ਇਹ ਮੁਹਿੰਮ ਸ਼ੁਰੂ ਕੀ ਹੈ ਔਰ ਹਮ ਲੋਕੋਂ ਕੇ ਸਾਥ ਹੈਂ, ਯੇ ਬੈਠੇ ਹਮ ਲੋਕ ਮਾਤਮ ਮਨਾ ਰਹੇ ਹੈਂ ਕਿ ਹਮਾਰੇ ਲੀਡਰ ਮਰ ਗਏ, ਹਮਾਰਾ ਪ੍ਰਧਾਨ ਮੰਤਰੀ ਮਰ ਗਿਆ, ਹਮਾਰਾ ਮੁੱਖ ਮੰਤਰੀ ਵਹਾਂ ਪਰ ਸਾਈਨ ਕਰ ਰਿਹਾ, ਹਮਾਰਾ ਜੋ ਬੀਬਾ ਬਾਦਲ ਥੀ ਵੋ ਸਾਈਨ ਕਰਕੇ ਉਸਕੇ ਬਾਅਦ ਡਰਾਮਾ ਕਰ ਰਹੀ ਹੈ, ਇਹ ਸਾਰੇ ਕੇ ਖਿਲਾਫ ਇੱਕ ਮੁਹਿੰਮ ਕਾ ਆਗਾਜ਼ ਕਰ ਰਹੇ ਹੈਂ ਹਮ ਲੋਕ।
जिहड़ा ये आर्डिनेंस पार्लीमेंट जां राजसभा च कल पास होया उहदे विरोध विच पार्टी वल्लों हुकम सीगा वी हर पिंड पद्धर ते जिहड़े आ उह धरने देणे ने इस बीजेपी सरकार दे खिलाफ़ मोदी दे खिलाफ़ जिहड़ा आर्डिनेंस बिल आ इहनूं कैंसल कीता जावे एम एस पी जिहड़ी आ इहनूं लागू रख्या जावे ते पहले ही जिहड़े उहदे असूल ने उहनां ते लागू रख्या जावे। जो किसानों की शंकाएं हैं कि कॉरपोरेट घराने बेचारे किसानों की फसलें को उठा के ले जाएंगे सस्ते भाव में, उनकी जमीनों पे कब्जा कर लेंगे और जो बेचारे किसान हैं, जो एक एकड़ के दो एकड़ के किसान हैं, वो बड़े बड़े कॉरपोरेट घरानों के कैसे लड़ सकेंगे। ਜਦੋਂ ਇੱਕ ਕਮੇਟੀ ਬਣੀ ਸੀਗੀ ਉਸ ਕਮੇਟੀ ਦੇ ਵਿੱਚ ਕੌਣ ਸੀਗਾ? ਪ੍ਰਕਾਸ਼ ਸਿੰਘ ਬਾਦਲ ਸੀਗਾ। ਉਦੋਂ ਦਸਖਤ ਕਿਉਂ ਕਰਕੇ ਆ? ਉਸ ਕਮੇਟੀ ਦੇ ਵਿੱਚ ਸੁੱਚਾ ਸਿੰਘ ਲਗਾ ਸੀਗਾ। ਉਸ ਤੋਂ ਬਾਅਦ ਜਿਹੜਾ ਹਾਈ ਪਾਵਰ ਕਮੇਟੀ ਬਣੀ ਮੁੱਖ ਮੰਤਰੀਆਂ 'ਚ ਕੌਣ ਸੀਗਾ? ਪੰਜਾਬ ਦਾ ਮੁੱਖ ਮੰਤਰੀ ਰਾਜਾ ਅਮਰਿੰਦਰ ਸਿੰਘ ਸੀਗਾ, ਮਨਪ੍ਰੀਤ ਸਿੰਘ ਬਾਦਲ ਸੀਗਾ। ਇਹ ਸਾਰੇ ਜਾ ਕੇ ਆਏ ਨੇਗੇ। ਤੁਸੀਂ ਕਾਹਨ ਸਿੰਘ ਪੰਨੂ ਦੀ ਰਿਪੋਰਟ ਪੜ੍ਹੋ। ਕਾਹਨ ਸਿੰਘ ਪੰਨੂ ਜਿਹੜੇ IAS ਰਿਟਾਇਰਡ ਨੇ, ਉਹਨਾਂ ਨੇ ਲਿਖਿਆ ਸੀਗਾ ਕਿ ਤਿੰਨੇ ਆਰਡੀਨੈਂਸ ਤਿੰਨੇ ਬਿੱਲ ਕਿਸਾਨ ਵਿਰੋਧੀ ਨੇ। ਕਿਉਂ ਨਹੀਂ ਜਿਹੜਾ ਹੈਗਾ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਨੇ ਸਟੈਪ ਲਿਆ, ਕਿਉਂ ਦੀ ਉਹਨਾਂ ਦਾ ਵਿਰੋਧ ਕੀਤਾ? ਸੋ ਇੱਥੋਂ ਪਤਾ ਲੱਗਦਾ ਕਿ ਸਾਰੇ ਕਾਂਗਰਸ, ਅਕਾਲੀ ਤੇ ਬੀਜੇਪੀ ਕਿਸਾਨ ਵਿਰੋਧੀ ਨੇ, ਖੇਤ ਮਜ਼ਦੂਰ ਵਿਰੋਧੀ ਨੇ, ਦਲਿਤ ਵਿਰੋਧੀ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਬਕਾਇਦਾ ਆਪਣੀ ਕੈਬਨਿਟ ਮਿਨਿਸਟਰੀ ਦੇ ਨਾਲ ਔਰ ਐਗਰੀਕਲਚਰ ਮਿਨਿਸਟਰ ਦੇ ਨਾਲ ਮੀਟਿੰਗ ਕੀਤੀ ਔਰ MSP ਵਧਾਉਣ ਦੀ ਉਹਨਾਂ ਨੇ ਕਵਾਇਦ ਰੱਖੀ। ਬਕਾਇਦਾ MSP ਜਿਹੜੀ ਹੈਗੀ ਉਹ ਵੀ ਵਧਾਈ ਗਈ। ਕੀ ਕੁਝ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ, ਉਹਨਾਂ ਨੂੰ ਵੀ ਸੁਣ ਲੈਂਦੇ ਹਾਂ ਨਰਿੰਦਰ ਮੋਦੀ ਹੋਰਾਂ ਨੂੰ। ਨਵੇਂ ਕ੍ਰਿਸ਼ੀ ਸੁਧਾਰੋਂ ਨੇ ਦੇਸ਼ ਕੇ ਹਰ ਕਿਸਾਨ ਕੋ ਇਹ ਆਜ਼ਾਦੀ ਦੀ ਹੈ ਕਿ ਉਹ ਕਿਸੇ ਕੋ ਵੀ ਕਹੀਂ ਪਰ ਵੀ ਆਪਣੀ ਫਸਲ, ਆਪਣੇ ਫਲ ਸਬਜ਼ੀਆਂ ਆਪਣੀ ਸ਼ਰਤੋਂ ਪਰ ਵੇਚ ਸਕਤਾ ਹੈ। ਮੈਂ ਦੇਸ਼ ਕੇ ਪ੍ਰਤੇਕ ਕਿਸਾਨ ਕੋ ਇਸ ਬਾਤ ਕਾ ਭਰੋਸਾ ਦੇਤਾ ਹੂੰ ਕਿ MSP ਕੀ ਵਿਵਸਥਾ ਜੈਸੇ ਪਹਿਲੇ ਚਲਤੀ ਆ ਰਹੀ ਸੀ ਵੈਸੇ ਹੀ ਚਲਤੀ ਰਹਿਣੇ ਵਾਲੀ ਹੈ। ਸੋ ਤੁਸੀਂ ਵੇਖ ਲਿਆ ਕਿ ਅੱਜ ਦਾ ਸਾਡਾ ਵਿਸ਼ਾ ਕੀ ਹੈਗਾ, ਇਸ ਦੇ ਉੱਤੇ ਅਸੀਂ ਜਾਣਕਾਰੀ ਵੀ ਲਵਾਂਗੇ। ਮਸਲਾ ਇਹ ਹੈਗਾ ਕਿ ਇਹਦੇ ਐਡਵਾਂਟੇਜਸ ਔਰ ਡਿਸਐਡਵਾਂਟੇਜਸ ਕੀ ਹਨ। ਗੱਲਾਂ ਬਹੁਤ ਹੋ ਰਹੀਆਂ ਹਨ, ਰੈਜ਼ਿਗਨੇਸ਼ਨ ਲਗਾਤਾਰ ਸੀਨੀਅਰ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਦਿੱਤੀ ਗਈ, ਕਾਂਗਰਸ ਵੀ ਇਹਨੂੰ ਮੁੱਦਾ ਬਣਾ ਰਿਹਾ, ਬੀਜੇਪੀ ਸਰਕਾਰ ਕਹਿੰਦੀ ਹੈ ਕਿ ਇਹ ਕਿਸਾਨ ਦੇ ਲਈ ਫਾਇਦੇਮੰਦ ਹੋਊਗਾ। ਪਰ ਆਖਿਰਕਾਰ ਐਡਵਾਂਟੇਜਸ ਔਰ ਡਿਸਐਡਵਾਂਟੇਜਸ ਦੀ ਗੱਲ ਕਰ ਲਈਏ, ਮੁੱਦਾ ਹੀ ਰਹੂਗਾ ਸਾਡਾ। ਮੈਂ ਉਸ ਤੋਂ ਪਹਿਲਾਂ ਤੁਹਾਨੂੰ ਉਹ ਸਾਡੇ ਜਿਹੜੇ ਪੈਨਲਿਸਟ ਨੇ ਉਹਨਾਂ ਦੇ ਨਾਲ ਤਾਰੂਫ ਕਰਾ ਦੇਵਾਂ। ਮੇਰੇ ਨਾਲ ਜਸਕਰਨ ਸਿੰਘ ਗਾਲੋਂ ਮੌਜੂਦ ਨੇ, ਜੋ ਕਿ ਮੁੱਖ ਸਕੱਤਰ ਹਨ ਯੂਥ ਕਾਂਗਰਸ ਪੰਜਾਬ ਦੇ, ਅਤੇ ਨਾਲ ਉੱਥੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਹਨ, ਸਿਆਸੀ ਮਾਹਿਰ ਹਨ। ਔਰ ਜਦ ਗੱਲ ਐਗਰੀਕਲਚਰ ਦੀ ਆਉਂਦੀ ਹੈ ਤਾਂ ਉੱਥੇ ਵੀ ਇਹਨਾਂ ਨੂੰ ਮਹਾਰਤ ਜਿਹੜੀ ਹੈਗੀ ਹੈ ਉਹ ਹਾਸਿਲ ਹੈ। ਮੈਂ ਦੋਵਾਂ ਦਾ ਸਵਾਗਤ ਕਰਦਾ ਇਸ ਮੰਚ ਦੇ ਉੱਤੇ। ਜਸਕਰਨ ਜੀ ਤੁਹਾਡਾ ਵੀ ਸਵਾਗਤ ਕਰਦਾ, ਪ੍ਰੋਫੈਸਰ ਮਨਜੀਤ ਜੀ ਤੁਹਾਡਾ ਵੀ ਸਵਾਗਤ ਕਰਦਾ। ਦਰਸ਼ਕਾਂ ਦੀ ਜਾਣਕਾਰੀ ਦੱਸ ਦੇਵਾਂ ਕਿ ਜਸਕਰਨ ਜੀ ਹੁਣ ਦਿੱਲੀ ਜਾ ਰਹੇ ਨੇ, ਕਿਉਂਕਿ ਕਾਂਗਰਸ ਨੂੰ ਹੁਣ ਹਾਲ ਫਿਲਹਾਲ ਦੇ ਵਿੱਚ ਮੈਂ ਕਹਾਂਗਾ ਇੱਕ ਜ਼ਰੂਰ ਮੁੱਦਾ ਮਿਲਿਆ, ਔਰ ਇਸ ਮੁੱਦੇ ਦੇ ਉੱਤੇ ਕੀ ਕੁਝ ਵਿਚਾਰ ਹੋਣਗੇ ਕਾਂਗਰਸ ਦੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੂਬਾ ਸਰਕਾਰ ਦੀ ਗੱਲ ਕਰੀਏ ਤਾਂ ਸੂਬਾ ਸਰਕਾਰ ਇਸ ਮੁਤੱਲਕ ਕੀ ਸੋਚਦੀ ਹੈ, ਕੈਪਟਨ ਅਮਰਿੰਦਰ ਸਿੰਘ ਕੀ ਸੋਚਦੇ ਹਨ, ਕੀ ਉਹਨਾਂ ਦਾ ਸਟੈਂਡ ਹੈਗਾ, ਇਸ ਦੇ ਉੱਤੇ ਵੀ ਜਾਣਾਂਗੇ। ਸੋ ਮੈਂ ਦੋਵਾਂ ਦਾ ਇਸ ਮੁੱਦੇ ਦੇ ਉੱਤੇ ਸਵਾਗਤ ਕਰਦਾ। ਔਰ ਮੈਂ ਦਰਸ਼ਕਾਂ ਨੂੰ ਇੱਕ ਗੱਲ ਹੋਰ ਵੀ ਦੱਸਦਾ ਮੈਂ ਇੱਥੇ ਕਿ ਜਿਹੜਾ ਕਿਸਾਨ ਹੈਗਾ ਉਹ ਕਿਸੇ ਹੋਰ ਗੱਲ ਤੋਂ ਪਰੇਸ਼ਾਨ ਨਹੀਂ ਹੈਗਾ। ਕਿਸਾਨ ਕੀਟਨਾਸ਼ਕ ਦਵਾਈਆਂ ਤੋਂ ਨਹੀਂ ਮਰਦਾ, ਕਿਸਾਨ ਮੌਸਮੀ ਮਾਰ ਤੋਂ ਨਹੀਂ ਮਰਦਾ, ਕਿਸਾਨ ਮਰਦਾ ਤਾਂ ਇਸ ਸਿਆਸੀ ਮਾਰ ਤੋਂ ਮਰਦਾ ਕਿ ਵਾਕਈ ਕਿਸਾਨ ਹੋਊਗਾ ਕਿਲ, ਕੀ ਕਹਿੰਦਾ ਹੈ ਆਰਡੀਨੈਂਸ ਬਿੱਲ। ਇਹੀ ਹੈ ਅੱਜ ਦਾ ਮੁੱਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਰਡੀਨੈਂਸ ਬਿੱਲ ਜਿਹੜਾ ਫਾਰਮਰਸ ਨੂੰ ਲੈ ਕੇ ਬਕਾਇਦਾ ਦੋਵੇਂ ਸਦਨਾਂ ਦੇ ਵਿੱਚ ਰੱਖਿਆ ਗਿਆ, ਇਸ ਬਿੱਲ ਨੂੰ ਪਾਸ ਵੀ ਬਕਾਇਦਾ ਕੀਤਾ ਗਿਆ। ਹੁਣ ਸਿਰਫ ਰਾਮਨਾਥ ਕੋਵਿੰਦ ਜੋ ਕਿ ਰਾਸ਼ਟਰਪਤੀ ਹਨ ਭਾਰਤ ਦੇ, ਉਹਨਾਂ ਦੇ ਸਿਗਨੇਚਰ ਹੋਣੇ ਹਨ, ਉਸ ਤੋਂ ਬਾਅਦ ਇਹ ਬਿੱਲ ਲਾਗੂ ਪੂਰੇ ਭਾਰਤ ਦੇ ਵਿੱਚ ਹੋਊਗਾ। ਸਿੱਧਾ ਲੈ ਕੇ ਚੱਲਦਾ, ਸਾਡੇ ਜਿਹੜੇ ਗੈਸਟ ਸਾਡੇ ਨਾਲ ਮੌਜੂਦ ਨੇ, ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦਾ ਕਾਫੀ ਲੰਬਾ ਤਜਰਬਾ ਹੈਗਾ ਵੈਨ ਇਟ ਕਮਸ ਟੂ ਐਗਰੀਕਲਚਰ, ਅਤੇ ਨਾਲ ਹੀ ਸਕੱਤਰ ਨੇ ਯੂਥ ਕਾਂਗਰਸ ਪੰਜਾਬ ਦੇ ਜਸਕਰਨ ਸਿੰਘ ਕਾਲੋ, ਜੋ ਕਿ ਹੁਣ ਇਸ ਟਾਈਮ ਦਿੱਲੀ ਜਾ ਰਹੇ ਨੇ। ਬਕਾਇਦਾ ਗੱਡੀ ਰੋਕ ਕੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਪ੍ਰਤੀਕਰਮ ਚਾਹੀਦੇ ਹਨ, ਔਰ ਪੰਜਾਬ ਗਵਰਨਮੈਂਟ ਦਾ ਇਸ ਮੁਤਲਕ ਕੀ ਸਟੈਂਡ ਹੈ ਔਰ ਕਿਵੇਂ ਕਿਸਾਨਾਂ ਨੂੰ ਇਹ ਬੇਹਾਲ ਕਰਦੇ ਹਨ ਜੇਕਰ ਇਸ ਆਰਡੀਨੈਂਸ ਬਿੱਲ ਨੂੰ ਲਾਗੂ ਕੀਤਾ ਜਾਂਦਾ।
कि कांग्रेस सरकार इस बिल के नाल है कि नहीं, एक वड्डा सवाल बनता। प्रोफेसर मनजीत सिंह होरां तों सब तो पहला जानना चाहवांगा। प्रोफेसर साहब, कई बार नॉट ओनली इन जस्ट पंजाबी, इस तो पहला भी तुहाडे नाल कई बार मेरी सांझ हुई है इस मुद्दे नूं लैके। असी स्वामीनाथन रिपोर्ट और कई सारे ऑर्डिनेंस बिलों के उत्ते विचार कर चुके हैं। मैं थोड़े ओपनिंग कमेंट जानना चाहवांगा वैन इट कम्स टू दिस ऑर्डिनेंस बिल। की लगता है तुहानूं अज जिहड़े रोस मुजाहरे भारत दे विच हो रहे हैं, पंजाब दी हर गलियां दे विच हो रहे हैं, कि वाकई है किसानां नूं मारन दी नीति हैगी है? पल वालिया जी, इस तरीके नाल गल के जिथे भी हरे इनकलाब ने ज़्यादा असर पाया, जिथे एम एस पी पहला मिल रही है मिनीम सपोर्ट प्राइस, उस सूबिया जा उस हिस्से किसानी दे नू, इहदे ते बहुत वड्डा खदशा हैगा, बहुत वड्डा उन्हां दा प्रोटेस्ट ते रोश हैगा कि असी तबाह होने वाल जा रहे हैं। सब तो वध जिहड़ी एम एस पी ते खरीद झोने की ते कणक की पंजाब च हुंदी आ, फिर इस तरीके नाल हरियाणे च हुंदी आ, पछमी यूपी मध्य प्रदेश च कणक पंजाब नालों डेढ़ी एम एस पी ते खरीदी जाती है, तेलंगाना च पैड़ी जिहड़ी आ ओह जिहनूं झोना कहिंदे आ ओह काफ़ी वड्डे पद्धर ते एम एस पी ते खरीदिया जाता, राजस्थान चो भी कणक कुछ खरीदी जाती। एक कुल मिला के आलू वाली आ जी, इन्हां सूबियां च ते सीधा हुणे ही असर होना। कल मध्य प्रदेश च किसान बड़ा प्रोटेस्ट कर रहे सी, पंजाब ते बहुत दिनां दा इस गल दे विच अबाले च आया होया, इसे तरीके नाल 20 तरीक नूं हरियाणे वालिया ने वड्डे प्रोटेस्ट कीते। उदों पहलां उन्हां ने 14 नूं ते 19 तरीक नूं पिपली दे विच जी टी रोड रोक के बहुत वड्डा रोश भरिया प्रोटेस्ट हरियाणे दे फार्मर्स ने कीता सी। कुल मिला के ये हैगा कि किसान इस गल नूं समझ गए आ कि उन्हां नाल इन्हां इस आर्डिनेंस दे नाल वड्डा धोखा कीता जा रहा, और वो अपनी जमीना दे उत्ते मालकां तों बदल के मजारे बन जाणगे जां खेती और मजदूर बन जाणगे। ये जमीना उन्हां दीआं खुसण वालियां हैगियां, ये उन्हां नूं शंका ही नहीं है। ये जिन्ने भी साढ़े अर्थ विज्ञानी हैगे, इत्थे स्कॉलर हैगे, सोशल एक्टिविस्ट पंजाब दे विच हैगे, वो वड्डे लेख लिख के अखबारां च दस चुके है। मोदी जी भावें 7 वारी गंगा नहा के बाद च जमुना दे विच भी नहा के इस गल दे बयान देण कि देखो मैं उन्हां नूं किसानां नूं आजाद करता, सारे देश ते विदेश विच अपना माल किते भी। अगली गल तुसीं सुनी है, उन्हां ने कहा कि अपनी मर्जी दी कीमत ते, किन्ना प्रधानमंत्री सवेरे सवेर झूठ बोलदे हैगे इस गल दे उत्ते कि किसान दी अपनी मर्जी कित्थों चले जाऊगी, जिहड़ा है ही 2-4 एकड़ दा मालक है ते इक पासे कारपोरेट कराना है, वो अपनी मर्जी ते उन्नू वेचूगा, किहड़ा बंदा इस गल नूं मान लूगा। ਉਹ ਸ਼ਰੇਆਮ ਇਹਨਾਂ ਆਰਡੀਨੈਂਸਾਂ ਦੇ ਹੱਕ ਵਿੱਚ ਤੇ ਕਾਰਪੋਰੇਟਾਂ ਦੇ ਹੱਕ ਵਿੱਚ ਤੁਸੀਂ ਇੰਜ ਕਹਿ ਲਓ, ਤੇ ਕਿਸਾਨਾਂ ਦੇ ਵਿਰੁੱਧ ਉਹਨਾਂ ਨੂੰ ਧੋਖਾ ਦੇਣ ਲਈ, ਉਹਨਾਂ ਨੂੰ ਬਲਫ ਖੇਡਣ ਲਈ ਲਗਾਤਾਰ ਉਹਦੀ ਵਜਾਹਤ ਕਰ ਰਿਹਾ। ਕਹਿ ਰਹੇ ਕਿ ਮੈਂ ਕਿਸਾਨਾਂ ਨੂੰ ਆਜ਼ਾਦ ਕਰ ਰਿਹਾ, ਆਜ਼ਾਦ ਕਰਨ ਦਾ ਮਤਲਬ ਇਹ ਆ ਕਿ ਜਿਹੜੀਆਂ ਸੂਬਿਆਂ ਦੇ ਵਿੱਚ ਜਿਹੜੇ ਆ ਖਰੀਦੇ ਸੀਗੇ ਉਹਨਾਂ ਦੀਆਂ ਫਸਲਾਂ ਨੂੰ ਸੂਬਿਆਂ ਦੇ ਮੰਡੀ ਜਿਹੜੇ ਬੋਰਡ ਸੀਗੇ ਉਹਦੇ ਤੋਂ ਆਜ਼ਾਦ ਕਰਕੇ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਸਾਹਮਣੇ ਮੰਡੀ ਵੱਡੀ ਮੰਡੀ ਦੇ ਵਿੱਚ ਉਹਨਾਂ ਨੂੰ ਸੁੱਟ ਰਹੇ ਆ। ਜਾਣੀ ਇੰਝ ਆ ਕਿ ਜਿਹੜੀ ਛੱਪੜ ਦੀ ਮੱਛੀ ਆ ਉਹਨੂੰ ਸਮੁੰਦਰ 'ਚ ਸੁੱਟ ਰਹੇ ਆ, ਜਿੱਥੇ ਜਾਂਦਿਆਂ ਕੋਈ ਉਹਨੂੰ ਖਾ ਲੂਗੀ ਉਹ ਫਿਰ ਲੱਭੀ ਜਾਣ। ਇਹ ਹਾਲਤ ਜਿਹੜੀ ਆ ਆਲੂ ਵਾਲੀ ਆ ਜੀ ਦੇਸ਼ ਦੇ ਅੰਦਰ ਇਸ ਵੇਲੇ ਬਣੀ ਹੋਈ ਹੈ। ਠੀਕ ਹੈ, ਜਸਕਰਨ ਜੀ, ਪੰਜਾਬ ਗਵਰਨਮੈਂਟ ਦਾ ਕੀ ਸਟੈਂਡ ਹੈ, ਔਰ ਮੈਂ ਜਾਣਨਾ ਚਾਹਾਂਗਾ ਕਿ ਨੈਸ਼ਨਲ ਕਾਂਗਰਸ ਦੀ ਗੱਲ ਕਰੀਏ, ਕਾਂਗਰਸ ਪਾਰਟੀ ਦਾ ਕੀ ਸਟੈਂਡ ਹੈਗਾ। ਇਹ ਵੀ ਕਿਹਾ ਜਾਂਦਾ ਕਿ ਤੁਸੀਂ ਵੀ ਆਪਣੇ ਮੈਨੀਫੈਸਟੋ ਦੇ ਵਿੱਚ ਇਸ ਗੱਲ ਨੂੰ, ਇਸ ਆਰਡੀਨੈਂਸ ਬਿੱਲ ਨੂੰ ਰੱਖਣ ਦੀ ਪਾਸ ਕਰਵਾਉਣ ਦੀ ਤਜਵੀਜ਼ ਰੱਖੀ ਸੀਗੀ, ਔਰ ਅੱਜ ਤੁਸੀਂ ਸਿਆਸੀ ਰੋਟੀਆਂ ਸੇਕ ਰਹੇ ਹੋ ਇਸ ਬਿੱਲ ਦੇ ਉੱਤੇ। ਸਭ ਤੋਂ ਪਹਿਲਾਂ ਤੇ ਮੈਂ ਆਲੂਵਾਲੀਆ ਜੀ ਤੁਹਾਡਾ ਜਸਟ ਪੰਜਾਬੀ ਚੈਨਲ ਦਾ ਤੇ ਸਾਰੇ ਹੀ ਸਰੋਤਿਆਂ ਦਾ ਸਤਿ ਸ੍ਰੀ ਅਕਾਲ ਕਰਦਾ, ਔਰ ਕਿਉਂਕਿ ਇਹ ਜਿਹੜਾ ਮੁੱਦਾ ਅੱਜ ਤੁਸੀਂ ਜਸਟ ਪੰਜਾਬੀ ਦੇ ਉੱਤੇ ਚੁੱਕਿਆ ਹੈ, ਇਹ ਪੰਜਾਬ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ, ਕਿਸਾਨੀ ਨਾਲ ਜੁੜਿਆ ਹੋਇਆ, ਚਾਹੇ ਉਹ ਸਾਡੇ ਭਰਾ ਉੱਧਰ ਬੈਠੇ ਨੇ ਜਾਂ ਜਿੰਨੇ ਵੀ ਇੱਧਰ ਨੇ, ਸਾਡਾ ਮੁੱਖ ਕਿੱਤਾ ਹੈ ਤੇ ਅਸੀਂ ਇਹਦੇ ਵਿੱਚ ਹੀ ਸਮਝਦੇ ਹਾਂ ਕਿ ਬਈ ਇਸ ਤੋਂ ਬਾਹਰ ਅਸੀਂ ਜਾ ਕੇ ਕਿਤੇ ਸੋਚ ਵੀ ਨਹੀਂ ਸਕਦੇ ਖੇਤੀ ਤੋਂ ਬਾਹਰ। ਰਹੀ ਗੱਲ ਤੁਸੀਂ ਕਾਂਗਰਸ ਪਾਰਟੀ ਦਾ ਸਟੈਂਡ ਪੁੱਛਿਆ ਤੇ ਮੈਂ ਤੁਹਾਨੂੰ ਬਿਲਕੁਲ ਕਲੀਅਰ ਕਰ ਦਿਆਂ ਕਿ ਕਾਂਗਰਸ ਪਾਰਟੀ ਇਸ ਬਿੱਲ ਦੇ ਵਿਰੁੱਧ ਲੜ ਰਹੀ ਹੈ ਤੇ ਲੜਦੀ ਰਹੇਗੀ ਜਦੋਂ ਤੱਕ ਕਿ ਕੇਂਦਰ ਸਰਕਾਰ ਇਸ ਬਿੱਲ ਨੂੰ ਵਾਪਸ ਨਹੀਂ ਲੈਂਦੀ। ਦੂਸਰੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛੀ ਕਿ ਬਈ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦੇ ਵਿੱਚ ਇਹ ਸੀਗਾ, APMC ਐਕਟ ਨੂੰ ਜਿਹੜੀ ਉਹਦੀ ਅਮੈਂਡਮੈਂਟ ਦੀ ਗੱਲ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਸੀ ਜਾਂ 2017 ਦੇ ਵਿੱਚ ਜਿਹੜਾ ਉਹ ਪਾਸ ਕੀਤਾ ਸੀ, ਜਿਹੜੀਆਂ ਅਗਰ ਤੁਸੀਂ ਉਹਦੀਆਂ ਸ਼ਰਤਾਂ
ਤੇ ਜਿਹੜਾ ਇਹ ਬਿੱਲ ਜਿਹੜਾ ਕੇਂਦਰ ਸਰਕਾਰ ਨੇ ਲਿਆਂਦਾ ਹੈ ਇਹਦੀਆਂ ਪੜ੍ਹੋ ਤੇ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇੱਕ ਬੇਸਿਕ ਜਿਹਾ ਉਹਦੇ ਵਿੱਚ ਮੈਂ ਅੰਤਰ ਤੁਹਾਨੂੰ ਦੱਸ ਦਿੰਦਾ ਕਿ ਜੇ ਅਸੀਂ ਗੱਲ ਕਰੀਏ ਕੰਟਰੈਕਟ ਫਾਰਮਿੰਗ ਦੀ ਤੇ ਕੰਟਰੈਕਟ ਫਾਰਮਿੰਗ ਦੇ ਵਿੱਚ ਇਸੇ ਬਿੱਲ ਦਾ ਜੋ ਇੱਕ ਹਿੱਸਾ ਹੈ ਉਹਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਅਗਰ ਕਿਸਾਨ ਦਾ ਤੇ ਕਿਸੇ ਵੀ ਕੰਪਨੀ ਦਾ ਕੰਟਰੈਕਟ ਹੋ ਜਾਂਦਾ ਹੈ ਤੇ ਉਸ ਕੰਟਰੈਕਟ ਦੇ ਤਹਿਤ ਉਹਨਾਂ ਦੇ ਆਪਸੀ ਦੇ ਵਿੱਚ ਜੇ ਕੋਈ ਡਿਸਪਿਊਟ ਪੈਦਾ ਹੁੰਦਾ ਹੈ ਤੇ ਇਹ ਬਿੱਲ ਸਿਰਫ ਉਸਨੂੰ ਪਹਿਲੀ ਜਿਹੜੀ ਆਪਣੀ ਸ਼ਿਕਾਇਤ ਆ ਉਹ ਐਸ ਡੀ ਐਮ ਦੇ ਕੋਲ ਜਾ ਕੇ ਕਿਸਾਨ ਕਰ ਸਕਦਾ ਹੈ। ਜੇ ਉੱਥੋਂ ਉਹਨੂੰ ਨਿਆਂ ਨਹੀਂ ਮਿਲਦਾ ਤੇ ਉਹ ਅੱਗੇ ਵੱਧ ਤੋਂ ਵੱਧ ਡੀ ਸੀ ਕੋਲ ਜਾ ਸਕਦਾ ਹੈ। ਉਸ ਤੋਂ ਬਾਅਦ ਉਹਨੂੰ ਕੋਰਟ ਜਾਣ ਦਾ ਅਧਿਕਾਰ ਇਹ ਬਿੱਲ ਨਹੀਂ ਦਿੰਦਾ। ਤੇ ਜੇ ਉਹ ਹੀ ਬਿੱਲ ਜਿਹੜਾ 2017 ਜਿਹੜਾ ਤੁਸੀਂ ਮੈਨੂੰ ਪੰਜਾਬ ਸਰਕਾਰ ਦੀ ਗੱਲ ਪੁੱਛ ਰਹੇ ਸੀ ਉਹਦੇ ਵਿੱਚ ਉਸਨੂੰ ਅਧਿਕਾਰ ਹੈ ਕਿ ਉਹ ਅਗਰ ਕੋਈ ਡਿਸਪਿਊਟ ਪੈਦਾ ਹੁੰਦਾ ਹੈ ਤੇ ਉਹ ਕੋਰਟ ਜਾ ਸਕਦਾ ਹੈ। ਇੱਕ ਚੀਜ਼ ਪੱਲੇਦਾਰ ਯੂਨੀਅਨਾਂ ਆਉਂਦੀਆਂ ਨੇ, ਇਹਦੇ ਵਿੱਚ ਖੇਤ ਮਜ਼ਦੂਰ ਆਉਂਦੇ ਨੇ। ਹੁਣ ਜੇ ਮੈਂ ਪੰਜਾਬ ਦੇ ਆਂਕੜਿਆਂ ਦੀ ਗੱਲ ਕਰਾਂ ਕਿ ਕਰੀਬ ਕਰੀਬ 3 ਲੱਖ ਮੰਡੀਆਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਲੇਬਰਰ ਨੇ, ਉਹਨਾਂ ਦਾ ਸੋਚਿਆ, ਉਹਨਾਂ ਦੇ ਪਰਿਵਾਰਾਂ ਦਾ ਕਿਸੇ ਨੇ ਸੋਚਿਆ ਕਿ ਅਗਰ ਇਹ ਮੰਡੀਕਰਨ ਹੀ ਖਤਮ ਹੋ ਜਾਏਗਾ, ਮੰਡੀ ਬੋਰਡ ਹੀ ਖਤਮ ਹੋ ਜਾਏਗਾ ਤੇ ਉਹਨਾਂ 3 ਲੱਖ ਕਾਮਿਆਂ ਦਾ ਕੀ ਹੋਵੇਗਾ? ਇਹਦੇ ਬਾਰੇ ਕਦੀ ਕਿਸੇ ਨੇ ਗੱਲ ਕੀਤੀ ਹੈ? ਜਸਕਰਨ ਜੀ, ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਦਾ ਵੀ ਰਵੱਈਆ ਜਿਹੜਾ ਹੈਗਾ ਜਦ ਉਹ ਬਕਾਇਦਾ ਜਾ ਕੇ ਅਨਾਜ ਨੂੰ ਚੱਕਦੇ ਹਨ ਤਾਂ ਉਹਨਾਂ ਦੀ ਜਿਹੜੀ ਪ੍ਰੋਟੈਕਸ਼ਨ ਹੈਗੀ ਹੈ ਉਹ ਸਰਕਾਰ ਦੇ ਹੱਥਾਂ ਦੇ ਵਿੱਚ ਹੁੰਦੀ ਹੈ ਔਰ ਸਰਕਾਰ ਜਿਹੜੀ ਹੈਗੀ ਉਹਦੇ ਵਿੱਚ ਹਮੇਸ਼ਾ ਫੇਲ ਹੁੰਦੀ ਹੈ। ਜਦ ਵੀ ਮੀਂਹ ਪੈਂਦਾ ਜਾਂ ਫਿਰ ਜਿਹੜੀ ਵੀ ਉਹਨਾਂ ਨੇ ਬਕਾਇਦਾ ਸਟੋਰੇਜ ਕਰਕੇ ਰੱਖੀ ਹੁੰਦੀ ਹੈ, ਹਮੇਸ਼ਾ ਉਹ ਮਾਰ ਜਿਹੜੀ ਹੈਗੀ ਹੈ ਉਸ ਕਿਸਾਨ ਨੂੰ ਝੇਲਣੀ ਪੈਂਦੀ ਹੈ, ਉਸ ਅਨਾਜ ਨੂੰ ਝੇਲਣੀ ਪੈਂਦੀ ਹੈ, ਜਿਸ ਕਰਕੇ ਸਟੋਰੇਜ ਸਿਸਟਮ ਸਰਕਾਰਾਂ ਵੱਲੋਂ ਨਹੀਂ ਵਧੀਆ ਤਰੀਕੇ ਨਾਲ ਰੱਖਿਆ ਗਿਆ, ਉਹਦੀ ਦੁਰਵਰਤੋਂ ਹੁੰਦੀ ਹੈ ਔਰ ਉਹਦਾ ਫਾਇਦਾ ਜਿਹੜਾ ਹੈਗਾ ਉਹ ਕਿਸਾਨ ਨੂੰ ਨਹੀਂ ਪਹੁੰਚਦਾ। ਅਤੇ ਤੁਹਾਨੂੰ ਲੱਗਦਾ ਕਿ ਜੇਕਰ ਇਹ ਬਿੱਲ ਪਾਸ ਹੁੰਦਾ, ਜੇਕਰ ਪ੍ਰਾਈਵੇਟਾਈਜੇਸ਼ਨ ਹੁੰਦਾ ਤਾਂ ਉਹਨਾਂ ਦੇ ਪ੍ਰਾਈਵੇਟ ਹੱਥਾਂ ਦੇ ਸੈਕਟਰ ਦੇ ਵਿੱਚ ਜਦ ਇਹ ਅਨਾਜ ਜਾਂਦਾ, ਸੋ ਇਹਦੀ ਸਟੋਰੇਜ, ਉਹਦੀ ਦੇਖਰੇਖ ਸਭ ਕੁਝ ਉਹਨਾਂ ਦੇ ਜ਼ਿੰਮੇਵਾਰੀ ਹੋਏਗੀ, ਜਿਸਦਾ ਫਾਇਦਾ ਬਕਾਇਦਾ ਫਾਰਮਰਸ ਨੂੰ ਪਹੁੰਚੂਗਾ ਸਿੱਧੇ ਤੌਰ 'ਤੇ। ਇਸ ਸਵਾਲ ਦੇ ਉੱਤੇ ਮੈਂ ਜ਼ਰੂਰ ਜਵਾਬ ਲਵਾਂਗਾ ਕਿਉਂਕਿ ਇਹ ਲਗਾਤਾਰ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ। ਪ੍ਰੋਫੈਸਰ ਮਨਜੀਤ ਸਿੰਘ ਇਸ ਮੁਤਲਕ ਕੀ ਸੋਚਦੇ ਹਨ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਹੀ ਇਹ ਫਾਰਮਰਸ ਆਰਡੀਨੈਂਸ ਬਿੱਲ ਕਰੇਗਾ ਕਿਸਾਨਾਂ ਨੂੰ ਕਿਲ, ਕੀ ਕਹਿੰਦਾ ਇਹ ਆਰਡੀਨੈਂਸ ਬਿੱਲ, ਇਹੀ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕਿਸਾਨ ਇਸ ਬਿੱਲ ਤੋਂ ਬਾਅਦ ਫਾਹਾਂ ਲਾਏਗਾ ਜਾਂ ਫਿਰ ਕਿਸਾਨ ਦੇ ਘਰ ਹੋਰ ਵੀ ਰੋਜ਼ਗਾਰ ਆਏਗਾ, ਇਹ ਇੱਕ ਵੱਡਾ ਸਵਾਲ ਬਣਦਾ। ਸਿੱਧਾ ਲੈ ਕੇ ਚੱਲਦੇ ਹਾਂ, ਸਾਡੇ ਜਿਹੜੇ ਪੈਨਲਿਸਟ ਸਾਡੇ ਨਾਲ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਅਤੇ ਨਾਲ ਜਸਕਰਨ ਸਿੰਘ ਕਾਹਲੋਂ। ਪ੍ਰੋਫੈਸਰ ਸਾਹਿਬ, ਜੇਕਰ ਅਸੀਂ ਐਡਵਾਂਟੇਜਸ ਦੀ ਗੱਲ ਕਰੀਏ, ਕੀ ਲੱਗਦਾ ਕਿ ਇਸ ਬਿੱਲ ਦੇ ਤਹਿਤ ਕੋਈ ਇੱਕ ਵੀ ਐਡਵਾਂਟੇਜ ਹੈ ਜਿਹਦਾ ਸਿੱਧਾ ਫਾਇਦਾ ਕਿਸਾਨਾਂ ਨੂੰ ਪਹੁੰਚਦਾ? ਦੇਖੋ ਆਲੂਵਾਲੀਆ ਜੀ, ਐਡਵਾਂਟੇਜ ਤੇ ਹੋਣ ਵਾਲੇ ਸਿਸਟਮ ਚ ਕਿਸਾਨਾਂ ਨੂੰ ਹੈ। ਜਿੱਥੇ ਤੱਕ ਹੁਣ ਕੰਟਰੈਕਟ ਫਾਰਮਿੰਗ ਦੀ ਉਹ ਲੈ ਕੇ ਆ ਰਹੇ ਪ੍ਰਪੋਜ਼ਲ, ਜਿਹੜਾ ਨਵਾਂ ਐਕਟ ਲੈ ਰਹੇ ਆ, ਤੇ ਅੱਜ ਦੀ ਤਰੀਕ ਦੇ ਵਿੱਚ ਵੀ ਤੇ ਕੰਟਰੈਕਟ ਫਾਰਮਿੰਗ ਹੀ ਹੈ। ਜਿੱਥੇ ਐਮ ਐਸ ਪੀ ਮਿਲਦੀ ਹੈ ਤੇ ਉਹ ਸਟੇਟ ਦੇ ਨਾਲ ਉਹਨਾਂ ਦਾ ਕੰਟਰੈਕਟ ਆ ਫਾਰਮਰਸ ਦਾ, ਉਹ ਇੱਕ ਅਨਡਿਊਰਿੰਗ ਕੰਟਰੈਕਟ ਆ। ਤੇ ਜਦੋਂ ਸੂਬੇ ਦੀ ਸਰਕਾਰ ਦੇ ਨਾਲ ਜਾਂ ਸੈਂਟਰ ਦੀ ਸਰਕਾਰ ਦੇ ਨਾਲ ਐਫ ਸੀ ਆਈ ਜਾਂ ਹੋਰ ਇੱਕ ਸਾਂਝੀ ਸਮਝ ਦੇ ਵਿੱਚ ਕੰਟਰੈਕਟ ਬਣਦਾ, ਤਾਂ ਜਦੋਂ ਉਹਦੇ ਤੋਂ ਕੋਈ ਸਰਕਾਰ ਪਿੱਛੇ ਹਟਣ ਦੀ ਕੋਸ਼ਿਸ਼ ਕਰਦੇ ਆ ਤੇ ਵੱਡੇ ਮੁਜ਼ਾਹਰੇ ਕਿਸਾਨ ਮੰਡੀਆਂ ਦੇ ਵਿੱਚ ਕਰਦੇ ਆ ਕਿ ਸਾਡਾ ਸਮਾਨ ਖਰੀਦੋ। ਇਹੀ ਗੱਲ ਆ ਕਿ ਅੱਜ ਐਤਕੀ ਅਮਰਿੰਦਰ ਸਿੰਘ ਨੂੰ ਏਡੀ ਵੱਡੀ ਗਿਣਤੀ 'ਚ ਵੋਟਾਂ ਪਾ ਕੇ ਲੋਕ ਲੈ ਕੇ ਆਏ ਸੀ, ਕਿਉਂਕਿ ਪਿਛਲੀ ਵਾਰ ਜਦੋਂ ਮੁੱਖ ਮੰਤਰੀ ਰਹੇ ਤਾਂ ਉਹਨਾਂ ਨੇ ਘੱਟੋ ਘੱਟ ਇੱਕ ਗੱਲ ਦੀ ਗਰੰਟੀ ਕੀਤੀ ਸੀ ਕਿ ਪੰਜਾਬ ਦੇ ਕਿਸਾਨਾਂ ਦਾ ਅਨਾਜ ਮੰਡੀਆਂ 'ਚ ਰੁਲਣ ਨਹੀਂ ਦਿੱਤਾ ਜਾਊਗਾ। ਇਹ ਹਮੇਸ਼ਾ ਇੱਥੇ ਜਿਹੜੇ ਵੀ ਚੀਫ ਮਿਨਿਸਟਰਸ਼ਿਪ ਕੀਤੀ ਹੈ ਉਹ ਘੱਟੋ ਘੱਟ ਪੰਜਾਬ ਦੇ ਵਿੱਚ ਤੇ ਇਹ ਉਹਨਾਂ ਨੂੰ ਭਰੋਸਾ ਕਿਸਾਨਾਂ ਨੂੰ ਮਿਲਦਾ ਰਿਹਾ। ਹੁਣ ਜਿਹੜਾ ਨਵਾਂ ਕੰਟਰੈਕਟ ਆ ਰਿਹਾ ਪ੍ਰਾਈਵੇਟ ਲੋਕਾਂ ਦਾ, ਕਾਰਪੋਰੇਟਾਂ ਦਾ, ਵੱਡੇ ਘਰਾਣਿਆਂ ਦਾ, ਜਿਨ੍ਹਾਂ ਦੀਆਂ ਆਪਣੇ ਬੜੇ ਬੜੇ ਸਾਈਲੋ ਸਿਸਟਮ ਹੋਣਗੇ, ਕੋਲਡ ਸਟੋਰੇਜ ਚੇਨਸ ਹੋਊਗੀ, ਜੇ ਮੰਡੀਕਰਨ ਜਿਹੜੀ ਤੁਸੀਂ ਗੱਲ ਕਹਿ ਰਹੇ ਆ, ਮੰਡੀਆਂ ਦੇ ਵਿੱਚ ਅਨਾਜ ਪਹਿਲਾਂ ਰੁਲਦਾ ਸੀ ਜਾਂ ਜਿਹੜੀ ਸਟੋਰੇਜ ਬੜੀ ਭੈੜੀ ਸੀਗੀ, ਹੁਣ ਉਹ ਚੰਗੀ ਸਟੋਰੇਜ ਹੋਊਗੀ ਜਿਹਦਾ ਕਿਸਾਨਾਂ ਨੂੰ ਫਾਇਦਾ ਲੱਗੂਗਾ। ਇਹ ਫਾਇਦਾ ਜਦੋਂ ਤੁਸੀਂ ਪ੍ਰੋਫਿਟ ਵਾਲੀ ਗੱਲ ਦੇ ਵਿੱਚ ਆ ਜਾਓਗੇ ਨਾ, ਫਾਇਦਾ ਕਿਸਾਨਾਂ ਨੂੰ ਕਿਵੇਂ ਲੱਗੂਗਾ? ਹੁਣ ਇੱਕ ਇਹ ਅਨਈਵਨ ਹੋ ਜੂਗਾ। ਤੁਸੀਂ ਦੁਨੀਆਂ ਦੇ ਵਿੱਚ ਹੀ, ਮੈਂ ਤੁਸੀਂ ਇੱਕ ਛੋਟੀ ਐਗਜ਼ਾਮਪਲ, ਤੁਸੀਂ ਅਮਰੀਕਾ 'ਚ ਬੈਠੇ ਆਲੂ ਵਾਲਿਆ ਜੀ,
ਉੱਥੇ ਦੇ ਕੈਲੀਫੋਰਨੀਆ ਦੇ ਹੋਰ ਦੇ ਸਾਰੀ ਜਗ੍ਹਾ ਦੇ ਜਿਹੜੇ ਫਾਰਮ ਆ ਉਹ ਆਪਾਂ ਜਾਣਦੇ ਹਾਂ ਕਿ ਏਡੇ ਵੱਡੇ ਆ ਕਿ ਸਪਰੇ ਵੀ ਹੈਲੀਕਾਪਟਰਾਂ ਨਾਲ ਹੁੰਦੀ ਹੈ। ਏਡੇ ਏਡੇ ਵੱਡੇ ਫਾਰਮ, ਕਈ ਕਈ ਹਜ਼ਾਰ ਹੈਕਟੇਅਰ ਦੇ ਫਾਰਮ ਹੈਗੇ ਆ, ਉਹ ਏਡੇ ਵੱਡੇ ਫਾਰਮ ਹੋਣ ਦੇ ਬਾਵਜੂਦ ਵੀ ਉਹ ਬਿਨਾਂ ਸਰਕਾਰ ਦੀ ਮਦਦ ਤੋਂ ਨਹੀਂ ਬਚ ਸਕਦੇ ਹੈ। ਉੱਥੇ ਵੀ ਉਹਨਾਂ ਨੂੰ ਉਹਨਾਂ ਦੀ ਖੇਤੀ ਦੀ ਕੀਮਤ ਵਿੱਚ ਬਹੁਤ ਜ਼ਿਆਦਾ ਸਬਸਿਡੀ ਦੇਣੀ ਪੈਂਦੀ, ਜ਼ਿਆਦਾ ਕਈ ਵਾਰੀ ਦੁੱਗਣੀ ਤਿੰਗਣੀ, ਜਾਣੀ 200% 300% ਤੱਕ ਸਬਸਿਡੀ ਦੇਣੀ ਪੈਂਦੀ ਆ, ਤਾਂ ਜਾ ਕੇ ਫਾਰਮਰ ਉਸ ਜ਼ਮੀਨ ਦੇ ਉੱਤੇ ਬਚਿਆ ਹੋਇਆ। ਸਾਡੇ ਇੱਥੇ ਇਹੋ ਜਿਹੀ ਕੋਈ ਗੱਲ ਜਿਹੜੀ ਆਲਰੇਡੀ ਹੈਗੀ ਹੈ ਜਿੱਥੇ ਸਰਕਾਰ ਵੱਲੋਂ ਉਹਨਾਂ ਨੂੰ ਗਰੰਟੀ ਹੈ, ਉਹ ਤੁਸੀਂ ਹਟਾ ਕੇ ਉਠਾ ਕੇ ਉਹਨਾਂ ਨੂੰ ਮਾਰਕੀਟ ਦੇ ਵਿੱਚ ਸਿੱਧੇ ਇਸਦੇ ਸੁੱਟ ਰਹੇ ਹਾਂ, ਤਾਂ ਉਹਦਾ ਰਿਜ਼ਲਟ ਇਹ ਨਿਕਲੂਗਾ ਜੋ ਅਸੀਂ ਸਾਰੇ ਹੀ ਕਿਸਾਨ ਵੀ ਕਹਿ ਰਹੇ ਹਾਂ, ਅਸੀਂ ਵੀ ਕਹਿ ਰਹੇ ਹਾਂ। ਜਿੱਥੇ ਤੱਕ ਗੱਲ ਬੀਜੇਪੀ ਜਾਂ ਹੋਰ, ਤੁਸੀਂ ਸਾਰੇ ਲੀਡਰਾਂ ਦੇ ਭਾਸ਼ਣ ਵੀ ਸੁਣਾਏ, ਕੁੱਲ ਮਿਲਾ ਕੇ ਬੀਜੇਪੀ ਦਾ ਇਸ ਗੱਲ 'ਤੇ ਅੱਡੀ ਚੋਟੀ ਦਾ ਜ਼ੋਰ ਲੱਗਾ ਦੱਸਣ ਲਈ ਕਿ ਇਹਦੇ ਨਾਲ ਵੱਡੀ ਫਾਇਦੇ ਵਾਲੀ ਗੱਲ ਨਹੀਂ। ਸਰਕਾਰ ਕਿਸਾਨ ਤਾਂ ਰਾਤੋਂ ਰਾਤ ਅਮੀਰ ਹੋ ਜਾਣਗੇ। ਦੇਖੋ ਗੈਪ ਕਿੰਨਾ ਆ, ਕਿਸਾਨ ਕਹਿੰਦੇ ਅਸੀਂ ਤਬਾਹ ਹੋ ਜਾਵਾਂਗੇ, ਉਹ ਕਹਿੰਦੇ ਤੁਸੀਂ ਅਮੀਰ ਹੋ ਜਾਓਗੇ, ਇਹ ਕਹਿੰਦੇ ਤੁਹਾਨੂੰ ਆਜ਼ਾਦ ਕੀਤਾ, ਉਹ ਕਹਿੰਦੇ ਸਾਨੂੰ ਤੁਸੀਂ ਮੰਡੀ ਦਾ ਗੁਲਾਮ ਕਰ ਦਿੱਤਾ। ਇਸ ਲਈ ਦੋ ਚੀਜ਼ਾਂ ਬਿਲਕੁਲ ਅਲੱਗ ਅਲੱਗ ਹੋ ਚੁੱਕੀਆਂ ਆ ਇੱਥੇ, ਔਰ ਇਸ ਗੈਪ ਨੂੰ ਪੂਰਾ ਕਰ ਪਾਉਣਾ ਇਹ ਇੱਕ ਬਹੁਤ ਮੁਸ਼ਕਲ ਵਾਲੀ ਗੱਲ। ਮੈਂ ਇੱਕ ਅਗਲੀ ਗੱਲ ਇੱਥੇ ਜ਼ਰੂਰ ਦੱਸ ਦਿਆਂ, ਜਿਸ ਪਾਸੇ ਨੂੰ ਮੋਦੀ ਜੀ ਸਾਰੇ ਦੇਸ਼ ਦੀ ਅਰਥ ਵਿਵਸਥਾ ਨੂੰ ਲਿਜਾ ਰਹੇ ਆ, ਉਹ ਜਿਹੜੀ ਖੇਤੀ ਆ ਉਹ ਹਮੇਸ਼ਾ ਕਿਸੇ ਵੀ ਇਕੋਨਮੀ, ਸਾਡੇ ਵਰਗੀ ਇਕੋਨਮੀ ਦਾ ਇੱਕ ਇੰਜਣ ਹੈਗਾ। ਉਹਦੇ ਨਾਲ ਤੁਹਾਡੀ ਡਿਮਾਂਡ ਪੈਦਾ ਹੁੰਦੀ ਹੈ, ਡਿਮਾਂਡ ਪੈਦਾ ਦੇ ਨਾਲ ਬਾਕੀ ਸਾਰੀ ਇੰਡਸਟਰੀ ਟ੍ਰੇਡ ਉਹਦੇ ਸਿਰ 'ਤੇ ਚੱਲਦਾ। ਜੇ ਉਹ ਤਬਾਹ ਹੋਈ ਜਿਹੜੀ ਕਿ ਤਬਾਹ ਕਰਨ ਵੱਲ ਜਾ ਰਹੇ ਹੈ, ਬਾਕੀ ਦੀ ਇਕੋਨਮੀ ਵੀ ਸਾਰੀ ਦੇਸ਼ ਦੀ ਪੱਠਾ ਬਹਿ ਜੂਗੀ, ਔਰ ਜਿਹੜੀ ਇਹ 5 ਟ੍ਰਿਲੀਅਨ ਡਾਲਰ ਦੇ ਸਪਨੇ ਲੈ ਰਹੇ ਆ, ਇਹ ਧੜਾ ਕਰਕੇ ਥੱਲੇ ਡਿੱਗ ਪੈਣਗੇ। ਇਹਨਾਂ ਨੂੰ ਸਮਝ ਮੋਦੀ ਜੀ ਨੂੰ ਬਿਲਕੁਲ ਨਹੀਂ ਪੈ ਰਹੀ ਕਿ ਬਾਹਰਲੀਆਂ ਜਿਹੜੇ IMF, WTO, ਵਰਲਡ ਬੈਂਕ ਉਹ ਇਹਨਾਂ ਦੀ ਬਾਂਹ ਮਰੋੜ ਕੇ ਕਰ ਰਿਹਾ, ਉਹ ਕਾਂਗਰਸ ਤੋਂ ਵੀ ਕਰਾ ਰਿਹਾ ਸੀ। ਕਾਂਗਰਸ ਇਹ ਗੱਲਾਂ ਪ੍ਰਚੂਨ 'ਚ ਕਰਦੀ ਸੀਗੀ। ਇਹੀ ਸੁਸ਼ਮਾ ਸਵਰਾਜ ਜਿਹੜੀ ਬੀਜੇਪੀ ਦੀ ਸੀ ਪਾਰਲੀਮੈਂਟ 'ਚ, ਜਿਹੜੀ ਵੀਡੀਓ ਘੁੰਮਦੀ ਤੁਸੀਂ ਦੇਖ ਲਈ ਹੋਣੀ ਹੈ, ਉਹ ਕੀ ਕਹਿ ਰਹੀ ਹੈ, ਕਹਿ ਰਹੀ ਹੈ ਆੜਤੀਏ ਤੇ ਜਿਹੜੇ ਕਿਸਾਨਾਂ ਦੇ ATM ਆ, ਜੇ ਤੁਸੀਂ ਇਹਨਾਂ ਨੂੰ ਸਾਰਾ ਕੁਝ ਇਹ MSP ਹਟਾ ਦੋਗੇ, ਕਿਸਾਨ ਤਬਾਹ ਹੋ ਜਾਣਗੇ। ਜਾਣੀ ਜੋ ਅੱਜ ਕਾਂਗਰਸ ਕਰ ਰਹੀ ਹੈ, ਜਦੋਂ ਕਾਂਗਰਸ ਇਹੋ ਜਿਹੀ ਕੋਈ ਪ੍ਰਪੋਜ਼ਲ ਲੈ ਕੇ ਆਈ ਤਾਂ ਉਦੋਂ ਬੀਜੇਪੀ ਦਾ ਬਿਲਕੁਲ ਇਹੋ ਸਟੈਂਡ ਸੀ। ਇਸ ਲਈ ਜੋ ਕਾਂਗਰਸ ਪਿਛਲੇ ਸਮੇਂ 'ਚ ਲਿਬਰਲ ਏਜੰਡਾ, ਆਧਾਰਵਾਦੀ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਉਹ ਪ੍ਰਚੂਨ ਦੇ ਵਿੱਚ ਸੀ। ਇਹਨਾਂ ਨੇ ਪੂਰਾ ਇੱਕਦਮ ਠਾ ਸੋਟਾ ਮਾਰ ਕੇ ਪੂਰੇ ਦਾ ਪੂਰਾ ਜਿਹੜਾ ਵਾਬਰੋਲਾ ਖੜਾ ਕਰ ਦਿੱਤਾ ਆ, ਔਰ ਇਹ ਸਿੱਧਾ ਸਿੱਧਾ ਬੁੱਕ ਕੇ ਡਟ ਕੇ ਜਿਹੜੇ ਮੋਦੀ ਜੀ ਕਾਰਪੋਰੇਟਾਂ ਦੇ ਹੱਕ 'ਚ ਖੜੇ ਆ, ਔਰ ਇਹਦਾ ਇੱਕੋ ਹੀ ਇੱਕ ਰਿਜ਼ਲਟ ਨਿਕਲਣ ਵਾਲਾ ਆਲੂ ਵਾਲਿਆ ਜੀ, ਇੱਥੇ ਦੀ ਜਿਹੜੀਆਂ ਸੋਸ਼ਲ ਵੈਲਫੇਅਰ ਸਕੀਮਸ ਆ, ਬੇਰੁਜ਼ਗਾਰੀ ਹੋਊਗੀ, ਹੋਰ ਹੋਊਗਾ, ਉਹ ਤੇ ਹੋਊਗਾ ਹੀ, ਉਹ ਤੇ ਆਲਰੇਡੀ ਹੈ। ਸੋਸ਼ਲ ਵੈਲਫੇਅਰ ਸਕੀਮਸ ਆ, ਆਟਾ ਦਾਲ ਸਕੀਮ ਆ, ਜੇ ਹੈ ਉਹ, ਜਿਸ ਤਰ੍ਹਾਂ ਹੁਣ ਕਰੋਨਾ ਆਇਆ ਤਾਂ ਅਸੀਂ ਕਾਫੀ ਅਨਾਜ ਲੋਕਾਂ ਨੂੰ ਦਿੱਤਾ, ਉਹ ਸਾਰਾ ਬੰਦ ਹੋ ਜੂਗਾ, ਕਿਉਂਕਿ ਸਰਕਾਰ ਨੇ ਖਰੀਦ ਬੰਦ ਕਰ ਦੇਣੀ ਹੈ। ਜਦੋਂ ਪ੍ਰਾਈਵੇਟਾਂ ਕੋਲ ਹੋਊਗਾ, ਉਹਦੇ ਕੋਲ ਸਰਕਾਰ ਖਰੀਦ ਕੇ ਜੇ ਲੋਕਾਂ ਨੂੰ ਸੋਸ਼ਲ ਵੈਲਫੇਅਰ ਸਕੀਮਸ ਨੂੰ, PDF ਸਿਸਟਮ ਨੂੰ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਉਹ ਬੜਾ ਹੀ ਮਹਿੰਗਾ ਪਊਗਾ, ਕਰਨਗੇ ਨਹੀਂ। ਪੈਸੇ ਤਾਂ ਇਹਨਾਂ ਨੂੰ ਤਨਖਾਹਾਂ ਦੇਣ ਜੋਗੇ ਹੈ ਨਹੀਂ, ਪੈਸੇ ਇਹਨਾਂ ਨੇ ਇਸ ਵੇਲੇ ਪਬਲਿਕ ਸੈਕਟਰ ਨੂੰ ਵੇਚ ਕੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ। ਇਹ ਹਾਲਤ ਆ, ਉਸੇ ਹੀ ਅੰਦਾਜ਼ ਵਿੱਚ ਇਹ ਗੱਲ ਸਾਰੀ ਚੱਲ ਰਹੀ ਹੈ ਜੀ। ਜਸਕਰਨ ਜੀ, ਤੁਹਾਨੂੰ ਨਹੀਂ ਲੱਗਦਾ ਕਿ ਹੁਣ ਆਪ ਪਛਤਾਏ ਕਿਆ ਹੋਇਆ ਜਬ ਚਿੜੀਆ ਚੁੱਕ ਗਈ ਖੇਤ, ਸੋ ਤੁਸੀਂ ਲੇਟ ਹੋ ਗਏ ਹੁਣ ਵਿਰੋਧ ਕਰਨ ਦੇ ਵਿੱਚ, ਰੋਜ਼ ਮੁਜ਼ਾਹਰੇ ਕਰਨ ਦੇ ਵਿੱਚ? ਜਸਕਰਨ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੇ ਕੋਲ, ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਡੇ ਕੋਲ। ਮੈਂ ਕਿਹਾ ਜੀ ਬਿਲਕੁਲ ਵੀ ਇਹਦੇ ਵਿੱਚ ਲੇਟ ਨਹੀਂ ਹੋਏ। ਜਦੋਂ ਤੋਂ ਇਸ ਬਿੱਲ ਦੀ ਚਰਚਾ ਜਿਹੜੀ ਹੈ, ਕਾਂਗਰਸ ਪਾਰਟੀ ਜਿਹੜੀ ਹੈ ਪੂਰੀ ਮੁਸਤੈਦੀ ਦੇ ਨਾਲ ਲੜਾਈ ਜਿਹੜੀ ਹੈ ਉਹ ਲੜ ਰਹੀ ਹੈ, ਤੇ ਅੱਜ ਵੀ ਲੜ ਰਹੇ ਹਾਂ ਤੇ ਅਸੀਂ ਕੱਲ ਵੀ ਲੜਦੇ ਰਹਾਂਗੇ। ਦੇਖੋ, ਮੈਂ ਪੰਜਾਬ ਨੂੰ ਅਸੀਂ ਇੱਥੇ ਰੀਪ੍ਰੈਜੈਂਟ ਕਰ ਰਹੇ ਹਾਂ, ਤਾਂ ਮੈਂ ਪੰਜਾਬ ਦੀ ਗੱਲ ਕਰਾਂ, ਤੇ ਡਾਕਟਰ ਸਾਹਿਬ ਵੀ ਮੇਰੇ ਨਾਲ ਇਸ ਗੱਲ ਤੇ ਸਹਿਮਤ ਹੋਣਗੇ ਕਿ ਪੰਜਾਬ ਦੀ ਜਿਹੜੀ 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 ਸਟੇਟ ਦੀ GDP ਆ, ਉਹਦੇ ਵਿੱਚ 24% ਜਿਹੜੀ ਕੰਟਰੀਬਿਊਸ਼ਨ ਹੈ ਉਹ ਸਾਡੇ ਐਗਰੀਕਲਚਰ ਸੈਕਟਰ ਤੋਂ ਆਉਂਦੀ ਹੈ, ਪੰਜਾਬ ਦੀ ਜੇ ਗੱਲ ਕਰੀਏ। ਠੀਕ ਹੈ ਜਸਕਰਨ ਜੀ, ਜੇਕਰ ਤੁਸੀਂ ਪੰਜਾਬ ਦੀ ਹੀ ਗੱਲ ਕਰਦੇ ਹੋ ਕਿ ਕੈਪਟਨ ਸਾਹਿਬ ਨੇ ਕਿਸਾਨਾਂ ਲਈ ਫਿਰ ਕੀ ਕੀਤਾ ਹਜੇ ਤੱਕ, ਹੁਣ ਤੁਸੀਂ ਜਿਹੜੇ ਪ੍ਰੋਟੈਸਟ ਕਰ ਰਹੇ ਹੋ, ਲੱਗਦਾ ਕਿ ਤੁਹਾਨੂੰ ਇਹ ਪ੍ਰੋਟੈਸਟ ਕਰਨੇ ਚਾਹੀਦੇ ਸੀ? ਇਹ ਗੱਲ ਪ੍ਰੋਫੈਸਰ ਸਾਹਿਬ ਵੀ ਬੜੀ ਖੂਬੀ ਕਹਿ ਚੁੱਕੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਇਸ ਲਈ ਵੀ ਵਿਸ਼ਵਾਸ ਕਰਦੇ ਨੇ ਕਿਉਂਕਿ ਉਹਨਾਂ ਨੇ ਕਦੇ ਵੀ ਕਿਸਾਨ ਜਿਹੜਾ ਮੰਡੀਆਂ ਦੇ ਵਿੱਚ ਰੁਲਣ ਨਹੀਂ ਦਿੱਤਾ। ਇਸ ਗੱਲ ਦੇ ਵਿੱਚ ਸੱਚਾਈ ਹੈ, ਇਸ ਗੱਲ ਦੇ ਵਿੱਚ ਇੱਕ ਤੱਥ ਇਹ ਹੈ ਕਿ 72 ਘੰਟੇ ਤੋਂ ਜ਼ਿਆਦਾ ਨਹੀਂ ਲੱਗਦੇ ਕਿਸਾਨ ਦੇ ਖਾਤਿਆਂ ਦੇ ਵਿੱਚ ਉਹਦੀ ਫਸਲ ਦੀ ਪੇਮੈਂਟ ਆਉਣ ਲੱਗਿਆ, ਇੱਕ ਚੀਜ਼। ਦੂਸਰੀ, ਸਾਡਾ ਪੰਜਾਬ ਜਿਹੜਾ ਸੂਬਾ ਹੈ ਇਹਦਾ ਸਭ ਤੋਂ ਵਧੀਆ ਮੰਡੀਕਰਨ ਦਾ ਜਿਹੜਾ ਇੱਕ ਸਿਸਟਮ ਹੈ ਮੈਂ ਮੰਨਦਾ,
ਔਰ ਜੇਕਰ ਪੰਜਾਬ ਦਾ ਮੰਡੀਕਰਨ ਸਿਸਟਮ ਖਤਮ ਹੁੰਦਾ ਹੈ ਤੇ ਨਾ ਕਿ ਸਰਕਾਰ ਨੂੰ ਇਹਦਾ ਨੁਕਸਾਨ ਹੈ ਬਲਕਿ ਨਾਲ ਦੇ ਨਾਲ ਹੀ ਇੱਥੇ ਜਿਹੜਾ ਸਾਡਾ ਆਰਥਿਕ ਜਿਹੜਾ ਇੱਕ ਢਾਂਚਾ ਹੈ ਜਿਹੜਾ ਖੇਤੀ ਆਧਾਰਿਤ ਹੈ ਜਿਹਦੇ ਉੱਤੇ ਅਸੀਂ ਖੜੇ ਹਾਂ ਜਿਹਦੇ ਉੱਤੇ ਪੰਜਾਬ ਖੜਾ ਹੈ ਉਹ ਵੀ ਕਿਤੇ ਨਾ ਕਿਤੇ ਤਹਿਸ ਨਹਿਸ ਜਿਹੜਾ ਹੋ ਜਾਵੇਗਾ। ਇਹ 36,000 ਜਿਹੜੇ ਸਾਡੇ ਆੜ੍ਹਤੀ ਭਰਾ ਨੇ ਉਹ ਕਿਤੇ ਨਾ ਕਿਤੇ ਆਪਣੇ ਕੰਮ ਤੋਂ ਬੇਰੁਜ਼ਗਾਰ ਹੋ ਜਾਣਗੇ। ਜਿਹੜੇ 3,00,000 ਮਜ਼ਦੂਰ ਨੇ ਮੰਡੀਆਂ ਦੇ ਵਿੱਚ ਕੰਮ ਕਰਨ ਵਾਲੇ ਉਹ ਕਿਤੇ ਬੇਰੁਜ਼ਗਾਰ ਹੋ ਜਾਣਗੇ। ਜਿਹੜੇ ਸਾਡੇ ਖੇਤ ਮਜ਼ਦੂਰ ਨੇ ਉਹ ਬੇਰੁਜ਼ਗਾਰ ਹੋ ਜਾਣਗੇ। ਇਹਦੇ ਬਾਰੇ ਤਾਂ ਕੋਈ ਸੋਚ ਹੀ ਨਹੀਂ ਰਿਹਾ। ਅੱਛਾ, ਦੂਸਰੀ ਗੱਲ ਕਿ ਪੰਜਾਬ ਨੇ ਹਮੇਸ਼ਾ ਹੀ ਸੈਂਟਰ ਪੋਨ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਦਿੱਤੀ ਹੈ ਫੂਡ ਸਟਾਪ ਨੂੰ ਲੈ ਕੇ। ਪਿੱਛੇ ਜੇ ਨੀਤੀ ਆਯੋਗ ਦੇ ਕੁਛ ਡੈਲੀਗੇਟ ਸੀਗੇ ਜਿਹੜੇ ਉਹ ਪੰਜਾਬ ਆਏ 1.5-2 ਸਾਲ ਪਹਿਲਾਂ ਤੇ ਉਹਨਾਂ ਦੀ ਇੱਕ ਮੀਟਿੰਗ ਸੀਗੀ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਨਾਲ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਉੱਤੋਂ ਫੂਡ ਗ੍ਰੇਨ ਦੀ ਸਾਨੂੰ ਜ਼ਰੂਰਤ ਨਹੀਂ ਹੈ ਪੰਜਾਬ ਦੇ ਸਟੋਕ ਦੀ। ਪਰ ਜਦੋਂ ਏਡੀ ਵੱਡੀ ਮਹਾਮਾਰੀ ਆਈ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਇੱਕ ਵੀ ਦਾਣਾ ਜਿਹੜਾ ਉਹ ਬਾਕੀ ਨਹੀਂ ਛੱਡਿਆ, ਇੱਥੋਂ ਚੁੱਕ ਕੇ ਤੇ ਜਿਹੜਾ ਬਾਕੀ ਸਟੇਟਾਂ ਦੇ ਵਿੱਚ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਉਹਨਾਂ ਨੇ ਦਿੱਤਾ ਹੈ ਰਾਸ਼ਨ। ਦੂਸਰੀ ਤੀਸਰੀ ਗੱਲ ਕਿ ਜੇਕਰ ਜਿੱਦਾਂ ਸਾਡੇ ਪੰਜਾਬ ਦੀ ਗੱਲ ਕਰੀਏ ਤੇ ਸਿਰਫ ਕਣਕ ਦੀ ਗੱਲ ਕਰਾਂ ਤੇ ਕਰੀਬ 33,000 crore ਸਾਨੂੰ CCL ਜਿਹੜੀ ਮਿਲਦੀ ਹੈ ਕੈਸ਼ ਜਿਹੜੀ ਕ੍ਰੈਡਿਟ ਲਿਮਿਟ ਮਿਲਦੀ ਹੈ ਪ੍ਰੋਕਿਉਰਮੈਂਟ ਲਈ। ਅਗਰ ਇਹ ਬਿੱਲ ਲਾਗੂ ਹੁੰਦਾ ਹੈ ਤੇ ਸਾਡੇ ਉਹ ਪੰਜਾਬ ਨੂੰ ਮਿਲਣ ਵਾਲੀ ਜਿਹੜੀ ਉਹ CCL ਲਿਮਿਟ ਹੈ ਉਹ ਖਤਮ ਹੋ ਜਾਵੇਗੀ ਕਿਉਂਕਿ ਮੰਡੀਕਰਨ ਸਿਸਟਮ ਖਤਮ ਹੋ ਜਾਵੇਗਾ ਤੇ ਉਹਦੇ ਤੋਂ ਆਉਣ ਵਾਲਾ ਜਿਹੜਾ ਇੱਕ ਰੈਵਨਿਊ ਮੰਡੀ ਬੋਰਡ ਨੂੰ ਆਉਂਦਾ ਸੀ ਜਾਂ ਸਰਕਾਰ ਨੂੰ ਆਉਂਦਾ ਸੀਗਾ 3,700 crore ਦੇ ਨੇੜੇ ਤੇੜੇ ਉਹ ਖਤਮ ਹੋ ਜਾਵੇਗਾ। ਸਾਡੇ ਪੇਂਡੂ ਵਿਕਾਸ ਦੇ ਵਿੱਚ ਜਿਹੜਾ ਅਸੀਂ ਪੈਸਾ ਅਸੀਂ ਪਾਉਂਦੇ ਸੀ ਸਰਕਾਰ ਪਾਉਂਦੀ ਸੀ ਉਹ ਵੀ ਜਿਹੜਾ ਹੈ ਪਿੰਡਾਂ ਦੇ ਵਿਕਾਸ ਜਿਹੜਾ ਉਹ ਵੀ ਰੁਕ ਜਾਵੇਗਾ ਜਿਹੜਾ ਸਾਨੂੰ ਮੰਡੀ ਬੋਰਡ ਵੱਲੋਂ ਮਿਲਦਾ ਸੀ। ਜਸਕਰਨ ਜੀ, ਮੈਂ ਥੋੜਾ ਜਿਆਦਾ ਸਮਾਂ ਨਹੀਂ ਲਵਾਂਗਾ, ਦਿੱਲੀ ਨੂੰ ਤੁਹਾਡੀ ਜ਼ਰੂਰਤ ਹੈਗੀ ਇਸ ਟਾਈਮ ਔਰ ਉੱਥੇ ਪ੍ਰੋਟੈਸਟ ਵੀ ਲੱਗਦਾ ਕਿ ਤੁਸੀਂ ਕਰਨ ਜਾ ਰਹੇ ਹੋ। ਸੋ ਮੈਂ ਤੁਹਾਨੂੰ ਇੱਥੋਂ ਤੋਂ ਹੀ ਜ਼ਿਆਦਾ ਦੇਵਾਂਗਾ ਕਿ ਤੁਸੀਂ ਆਪਣਾ ਜਿਹੜਾ ਕੰਮ ਹੈ ਜ਼ਰੂਰ ਜੋ ਤੁਸੀਂ ਪਲਾਨ ਕੀਤਾ ਹੋਇਆ ਸੀਗਾ ਉਸਦੇ ਅਕੋਰਡਿੰਗ ਕਰੋ। ਮੈਂ ਇੱਥੇ ਪ੍ਰੋਫੈਸਰ ਮਨਜੀਤ ਸਿੰਘ ਹੋਰਾਂ ਦੇ ਕੋਲ ਜ਼ਰੂਰ ਆਵਾਂਗਾ। ਫਿਲਹਾਲ ਮੈਂ ਇੱਕ ਬ੍ਰੇਕ ਲਈ ਇੱਥੇ ਰੁਕ ਰਿਹਾ, ਜਦ ਬ੍ਰੇਕ ਤੋਂ ਬਾਅਦ ਵਾਪਸ ਆਵਾਂਗਾ ਇਸ ਆਰਡੀਨੈਂਸ ਬਿੱਲ ਦੇ ਬਾਰੇ ਗੱਲ ਜ਼ਰੂਰ ਕਰਾਂਗੇ। ਥੈਂਕ ਯੂ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਲਗਾਤਾਰ ਜੁੜੇ ਹੋਏ ਹਨ, ਸਿੱਧਾ ਉਹਨਾਂ ਦੇ ਕੋਲ ਲੈ ਕੇ ਚੱਲਦੇ ਹਾਂ। ਪ੍ਰੋਫੈਸਰ ਸਾਹਿਬ, ਮੈਂ ਇਸ ਸੈਗਮੈਂਟ ਦੇ ਨੂੰ ਹੁਣ ਰੈਪ ਅਪ ਕਰਨਾ ਚਾਹਾਂਗਾ। ਹੁਣ ਇਹ ਆਖਿਰਕਾਰ ਬਿੱਲ ਪਾਸ ਹੋ ਹੀ ਗਿਆ ਅਤੇ ਇਹਨੂੰ ਹੁਣ ਕੋਈ ਰੋਕ ਹੀ ਨਹੀਂ ਸਕਦਾ, ਭਾਵੇਂ ਸਰਕਾਰ ਉੱਤੇ ਥੱਲੇ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਚਲੋ ਅਸੀਂ MSP ਦਾ ਰੇਟ ਵਧਾ ਦਿੰਦੇ ਹਾਂ। ਪਰ ਤੁਹਾਨੂੰ ਕੀ ਲੱਗਦਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੀਆਂ ਖਬਰਾਂ ਅਸੀਂ ਪੰਜਾਬ ਦੇ ਵਿੱਚ ਸੁਣਦੇ ਸੀਗੇ ਕਿ ਖੁਦਕੁਸ਼ੀਆਂ ਕਰ ਰਿਹਾ ਕਿਸਾਨ, ਫਾਹੇ ਲਾ ਰਿਹਾ, ਸੋ ਇਹ ਹੋਰ ਵੀ ਅੱਗੇ ਜਾ ਕੇ ਜਿਹੜੀ ਪਰਸੈਂਟੇਜ ਹੈਗੀ ਹੈ ਖੁਦਕੁਸ਼ੀਆਂ ਦੀ ਉਹ ਵਧੇਗੀ ਜਾਂ ਫਿਰ ਵਾਕਈ ਫਾਇਦਾ ਹੋਣ ਵਾਲਾ ਫਾਰਮਰਸ ਨੂੰ? ਆਲੂਵਾਲੀਆ ਜੀ, ਕਰਜ਼ੇ ਦੀ ਪੰਡ ਤੇ ਪਹਿਲਾਂ ਹੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਭਾਰੀ ਹੈਗੀ ਆ, 80-90,000 crore ਦਾ ਕਰਜ਼ਾ, ਇਸੇ ਕਰਕੇ ਖੁਦਕੁਸ਼ੀਆਂ ਹੋ ਰਹੀਆਂ। ਚਾਹੀਦਾ ਤੇ ਇਹ ਸੀਗਾ ਕਿ ਕੁੱਲ ਮਿਲਾ ਕੇ ਮੇਰਾ ਖਿਆਲ ਹੈ ਸਾਰੇ ਭਾਰਤ ਦੇ ਕਿਸਾਨਾਂ ਦੇ ਉੱਤੇ ਹੀ ਤਕਰੀਬਨ 2-2.5 lakh crore ਕਰਜ਼ਾ ਹੋਊਗਾ। ਇੰਨਾ ਕੁ ਅਸੀਂ ਹਰ ਸਾਲ ਕਾਰਪੋਰੇਟ ਘਰਾਣਿਆਂ ਦਾ NPA ਡਿਕਲੇਅਰ ਕਰਕੇ ਉਹਨਾਂ ਨੂੰ ਮਾਫ਼ੀ ਕਰਦੇ ਹਾਂ। ਜੇ ਤੁਸੀਂ ਥੋੜ੍ਹੇ ਜਿਹੇ ਬੰਦਿਆਂ ਦੀ ਇੰਨਾ ਵੱਡਾ ਅਮਾਊਂਟ ਜਿਹੜਾ ਹਰ ਸਾਲ ਤੁਸੀਂ ਉਹਨਾਂ ਨੂੰ ਕੰਪੈਂਸੇਟ ਕਰਦੇ ਹਾਂ ਤੇ ਇੱਕ ਅੱਧੀ ਵਾਰੀ ਕਿਸਾਨ ਦੇ ਸਿਰ ਦਾ ਬੋਝ ਵੀ ਜੇ ਪੰਡ ਕਰਜ਼ੇ ਦੀ ਲਾਹ ਦਿੰਦੇ ਤੇ ਫਿਰ ਤੁਸੀਂ ਦੇਖਦੇ ਇਸ ਦੇਸ਼ ਦੀ ਇਕੋਨਮੀ ਕਿਵੇਂ ਤੇਜ਼ੀ ਨਾਲ ਅੱਗੇ ਵੱਧਦੀ। ਇਸ ਵੇਲੇ ਵੀ ਸਾਡੀ ਜਿਹੜੀ ਅਰਥ ਵਿਵਸਥਾ ਬਹੁਤ ਚਿਲਮਲਾਈ ਹੋਈ ਹੈ ਔਰ -9% GDP ਦੀ ਗਰੋਥ ਰੇਟ ਦਾ, -9% ਦਾ ਮਤਲਬ ਇਹ ਬਿਲਕੁਲ ਜੋ ਕਿਸੇ 3%, 4%, 9%, 11% ਤੱਕ ਜਿਹੜੀ ਸਾਡੀ GDP ਪੋਜ਼ਿਟਿਵ ਜਾ ਰਹੀ ਸੀ, ਇਹ ਨੈਗੇਟਿਵ ਜਾਣ ਦਾ ਮਤਲਬ ਇਹ ਹੈ ਕਿ ਵੱਡੇ ਪੱਧਰ 'ਤੇ ਸੰਕਟ ਸਾਰੇ ਪੱਧਰ ਦੇ ਉੱਤੇ ਆਉਣ ਵਾਲਾ, ਖਾਸ ਕਰ ਜਿਹੜੀ ਬੇਰੁਜ਼ਗਾਰੀ ਅਤੇ ਮਹਿੰਗਾਈ ਦੋਨੋਂ ਹੀ ਵੱਡੇ ਜਿਹੜੇ ਦੋ ਦੁਸ਼ਮਣ ਲੋਕਾਂ ਦੇ ਪੈਦਾ ਹੋਣਗੇ। ਇਹਨਾਂ ਹਾਲਾਤਾਂ 'ਚ ਤਾਂ ਬਿਲਕੁਲ ਹੀ ਇਹੋ ਜਿਹਾ ਕੋਈ ਕਾਨੂੰਨ ਲੈ ਕੇ ਆਉਣ ਦੀ ਲੋੜ ਨਹੀਂ ਸੀ। ਹੁਣ ਦੇਖੋ ਪ੍ਰਧਾਨ ਮੰਤਰੀ ਦਾ ਚਿਹਰਾ ਉੱਡਿਆ, ਉਹਨਾਂ ਨੂੰ ਪਤਾ ਉਹ ਝੂਠ ਬੋਲ ਰਹੇ ਆ, ਜੋ ਕੁਛ ਨਹੀਂ ਕਰ ਸਕਦੇ ਉਹ ਲੋਕ ਕਿਸਾਨਾਂ ਨੂੰ ਬਾਰ ਬਾਰ। ਸਰਕਾਰ ਦੀ ਇੰਟੈਂਸ਼ਨ ਕੀ ਹੈ, ਕੀ ਸਰਕਾਰ ਨੂੰ ਇਹਦਾ ਸਿੱਧੇ ਤੌਰ ਤੇ ਫਾਇਦਾ ਪਹੁੰਚਦਾ ਪ੍ਰੋਫੈਸਰ ਸਾਹਿਬ? ਹਾਂਜੀ, ਸਰਕਾਰ ਨੂੰ ਇਹਨਾਂ ਨੂੰ ਸਿੱਧੇ ਤੌਰ ਤੇ ਸਰਕਾਰ ਨੂੰ ਇਹਦਾ ਕੋਈ ਫਾਇਦਾ ਨਹੀਂ ਹੈ, ਸਰਕਾਰ ਨੂੰ ਇਹਦਾ ਕੋਈ ਆਪਣੇ ਤੌਰ ਤੇ ਫਾਇਦਾ ਨਹੀਂ, ਸਰਕਾਰ ਨੂੰ ਤੇ ਬਹੁਤ ਜ਼ਿਆਦਾ ਖਮਿਆਜ਼ਾ ਭੁਗਤਣਾ ਪਊਗਾ। ਕਿਉਂਕਿ ਜਦੋਂ ਅਰਥ ਵਿਵਸਥਾ ਥੱਲੇ ਜਾਂਦੀ ਹੈ ਤਾਂ ਫਿਰ ਸਰਕਾਰ ਦੀ ਪੈਸੇ ਕਿੱਥੋਂ ਆਉਣੇ ਖਜ਼ਾਨੇ ਦੇ ਵਿੱਚ? ਟੈਕਸ ਹੀ ਨਹੀਂ ਆਉਣਾ। ਜਦੋਂ ਇਕੋਨਮੀ ਨੈਗੇਟਿਵ ਚਲੇ ਗਈ, ਬੇਰੁਜ਼ਗਾਰੀ ਹੈਗੀ ਆ, ਡਿਮਾਂਡ ਹੋਣੀ ਨਹੀਂ ਕਿਉਂਕਿ ਖੇਤੀ ਨੂੰ ਤੁਸੀਂ ਧੱਕਾ ਦੇ ਦਿੱਤਾ,
खेती दे विच पहला ही जिहड़े किसान करजाई बैठे आ, जे मंग नहीं होगी तो फैक्ट्रियां भी नहीं चलनगियां। किहड़ा फ्रिज खरीदू, किहड़ा स्कूटर खरीदू, किहड़ा ट्रैक्टर खरीदू, किहड़ा दवाइयां खरीदू, वह सारे किस्म का काम जिहड़ा वह इंडस्ट्री नू पूरा विशियस सर्कल नैगेटिव सर्कल च होर वड्डे पद्धर ते पुछ कर देणगे। इहदा मतलब यह हैगा कि जदों चक्का इकोनमी का नहीं घूमूगा, सरकार कोलों रेवेन्यू नहीं जाऊगा, GST नहीं जाऊगा। और यही जी वर्ल्ड बैंक ते IMF चाहती है कि इन्हों की खेती जी इतों की अर्थव्यवस्था की एक बैकबोन आ, वह बचाई रखती है, वह वड्डे पद्धर से रुजगार भी मुहैया करती है और सस्ता अनाज लोगों नूं दिंदी है, इनफ्लेशन कंट्रोल च रहिंदी है। स्कीम ये पिछे जी साजिश आ वह ये है कि इतने की जो अर्थव्यवस्था ज इतने की खास करके खेती तबाह होंगी है तो बाहरलिया देशों लिए इतने वड्डी एक मंडी पैदा होगी, आस्ट्रेलिया की कणक आऊगी, अमरीका के चिकन आने, यूरोप का दुध इतने आऊगा, ज उन्होंने घ्यो इतने आऊगा। इस किस्म की एक पिछे स्कीम आ जिहदा हिस्सा जिहड़ा वह मोदी जी बन चुके आ और मोदी जी उन्होंने बुलारे बन चुके आ। मैनू एक कि देशभगती है मैनू आलू वाली जी जी गल तू समझ पै रही है, जी गल एक ऑर्डनरी किसान अनपढ़ किसान बजुर्ग नू समझ पै रही है कि मैनू धक्का मारिया जा रहा और यह कि देशभगती दे चलिया योजे बंदियां उत्ते जिहोजियां पार्टियां जां सरकारां दे उत्ते जो किसान मारू बिल लैके आईया उन्होंने तो देश द्रोही के मुकदमे चलने चाहिए आ। कल तुसीं प्रधानमंत्री का भाषण सुनिया पत्याउण लई कांग्रेस दे किसानां दा भरोसा जित्तण लई MSP हुणे डिकलेयर करती है रबी दी जिहड़ी अजे हुण बीजी जाणी है कि आ फलाने दी इन्नी 50 रुपये इहदे वध होणगे, 60 रुपये इहदे वध होणगे। तुसीं महंगा 1000 रुपया वधा दिओ, 2000 वधा दिओ, जदों खरीदना ही नहीं उस कीमत दे उत्ते ते उहदा कोई अर्थ नहीं रहिंदा। झूठ दा मैं एक गल जरूर कहनी चाहुंदा कि जिहड़े पार्लीमेंट दे अंदर ते कांग्रेस JP नड्डा होर सारे तोमर नरेंद्र सिंह तोमर इनकलूडिंग प्रधानमंत्री जिहड़े लगातार झूठ की बोल रहे, कहिंदे जी MSP भी रहूगी और जिहड़ा मंडी करन दे विच जिहड़ी हुण खरीद हो रही है MSP दे रेट ते APMC वल्लों उह खरीद भी जारी रहूगी। इह बिल्कुल गल्लां ठीक आ, वह जारी भी रहेगी पर पूरी नहीं खरीदेंगे, MSP भी जारी रहेगी पर MSP पर कोई खरीदूगा नहीं, प्राइवेट क्यों खरीदूगा। अज की तरीक दे विच नरमा जिहड़ा आ वह अद्धी एक क्विंटल दे पिछे 1000 तो 1500 रुपया पर क्विंटल थले वेख रहा बरनाले दे विच, होर सारे संगरूर च कल रिपोर्ट आ गई। बासमती MSP की 60% कीमत ते वेख रही है, इस तरीके दे नाल जिहड़ियां होर फसलां भी आ मक्की जिहड़ी है ਉਹਦੀ MSP 1850 रुपया पर क्विंटल, 1850 रुपये पर क्विंटल हैगी है, वेक रही है 650 रुपये तो लैके 910 रुपये पर क्विंटल। मोदी जी तुम इन्ना तो झूठ ना बोलो, जे MSP दे भी दोगे जब विकना ही नहीं कुछ, अज तुम दो सू किसान दो पर सरकार क्यों नहीं जाके खरीद, भावे रेट 2000 रख लो भावे 2500 रख लो, जो विकना ही नहीं तो वह कोई फायदा नहीं। बहुत बहुत धन्यवाद प्रोफेसर साहब, तुम सा जुड़े कई सारी गल्लां तुसीं कीतियां, विचार तुसीं अज्ज समझ दे उत्ते रखे और इस ऑर्डिनेंस बिल नूं लैके जिहड़ियां लंबे समय तो कन्फ्यूजन चल रही सी उहदे ते तुसीं अपने विचार भी साडे नाल सांझे कीते, मेहरबानी तुहाडी। तुसीं सवेरे अपना समां कढ के साडे नाल बकायदा इस प्रोग्राम दे विच लाइव आए। सो जस पंजाबी अपनी जिम्मेवारी समझदा होया इस बिल दे उत्ते जिहड़ियां होर जानकारियां अपडेट्स आउंदे रहणगे, भावें उह पंजाब तों आउण जां भावें उह भारत दे वख-वख स्टेटां तों आउण, असी अपनी जिम्मेवारी समझ के उत्ते लिया रहेंगे। जिन्हों की कॉलम मैं नहीं चक सकिया उन्हों तो मैं माफ़ी चाहवागा। तुम मैं ईमेल राही अपने सुनेहे भेज सकते हो harkirat@justbroadcasting.com info@justbroadcasting.com के उत्ते। फिलहाल अज्ज के इस प्रोग्राम के नहीं दवो इजाजत, धन्यवाद, सत श्री अकाल।